अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਮੀਤ ਕੌਰ ਦਿੱਲੀ ਐਕਸਪ੍ਰੈਸ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਦਿੱਲੀ ਐਕਸਪ੍ਰੈਸ ਦੇ ਵਿੱਚ ਮੈਂ ਤੁਹਾਨੂੰ ਹਰ ਹਫ਼ਤੇ ਇੱਕ ਸਿੱਖ ਨੌਜਵਾਨ ਨਾਲ ਰੂਬਰੂ ਕਰਾਉਂਦੀ ਹਾਂ, ਅਤੇ ਤੁਸੀਂ ਇਹ ਗੱਲ ਵੀ ਜਾਣਦੇ ਹੋ ਅਤੇ ਤੁਸੀਂ ਸਹਿਮਤ ਵੀ ਹੋਵੋਗੇ ਕਿ ਜਿਹੜੀ ਐਕਸਪ੍ਰੈਸ ਟ੍ਰੇਨਸ ਹੁੰਦੀਆਂ ਨੇ ਜਾਂ ਨੋਰਮਲ ਟ੍ਰੇਨਸ ਹੁੰਦੀਆਂ ਨੇ, ਉਹਦੇ ਵਿੱਚ ਕੋਈ ਕੰਪਨੀ ਨਾ ਹੋਵੇ ਤਾਂ ਸਫ਼ਰ ਕੱਟਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਸੋ ਅੱਜ ਦੇ ਐਪੀਸੋਡ ਦਾ ਸਫ਼ਰ ਸੁਖਾਲਾ ਕਰਨ ਲਈ ਮੈਂ ਦਿੱਲੀ ਸਟੂਡੀਓ ਦੇ ਵਿੱਚ ਇਨਵਾਈਟ ਕਰ ਰਹੀ ਹਾਂ ਸਰਦਾਰ ਸਿਮਰਨਜੀਤ ਸਿੰਘ ਦਾ, ਜੋ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਸਫ਼ਰ ਨੂੰ ਅੱਜ ਸੁਖਾਲਾ ਬਣਾਉਣਗੇ, ਅਤੇ ਅੱਜ ਦੇ ਐਪੀਸੋਡ ਦਾ ਜਿਹੜਾ ਸਫ਼ਰ ਹੈ ਉਹ ਅਸੀਂ ਫਟਾਫਟ ਬਤੀਤ ਕਰ ਲਵਾਂਗੇ, ਪਤਾ ਵੀ ਨਹੀਂ ਚੱਲੇਗਾ। ਸੋ ਸਵਾਗਤ ਕਰੋ ਦਿੱਲੀ ਸਟੂਡੀਓ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਦਾ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਸਿਮਰਨਜੀਤ ਸਿੰਘ ਜੀ, ਦਿੱਲੀ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅਤੇ ਮੈਂ ਜਿਵੇਂ ਸਾਰਿਆਂ ਨੂੰ ਕਿਹਾ ਕਿ ਇਹ ਟ੍ਰੇਨ ਦਾ ਸਫ਼ਰ ਹੈ ਸਾਡੇ ਲਈ, ਹੈ ਨਾ, ਭਾਵੇਂ ਅੱਧੇ ਘੰਟੇ ਦਾ ਹੈ ਪਰ ਸਫ਼ਰ ਤਾਂ ਸਫ਼ਰ ਹੁੰਦਾ ਜਿਵੇਂ ਵੀ ਅਸੀਂ, ਪਰ ਕੰਪਨੀ ਵੀ ਜ਼ਰੂਰੀ ਹੈ। ਅੱਜ ਅਸੀਂ ਥੋੜ੍ਹਾ ਜਿਹਾ ਨਾ ਕੰਸੈਪਟ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਫ਼ਰ ਨੂੰ ਅਸੀਂ ਥੋੜ੍ਹਾ ਜਿਹਾ ਨਾ ਫਟਾਫਟ ਸਾਨੂੰ ਬਤੀਤ ਹੋ ਜਾਏ, ਸਾਨੂੰ ਪਤਾ ਨਾ ਚੱਲੇ। ਸੋ ਅਸੀਂ ਸਿਰਫ ਗੱਲਾਂ ਬਾਤਾਂ ਕਰਾਂਗੇ, ਨੋ ਟੈਲੈਂਟ ਨਥਿੰਗ, ਸਿਰਫ ਗੱਲਬਾਤ। ਅਤੇ ਹੁਣ ਅਸੀਂ ਚੱਲ ਰਹੇ ਹਾਂ ਜਿਹੜਾ ਅਸੀਂ ਕਹਿੰਦੇ ਹਾਂ ਵੈਲੇਂਟਾਈਨਸ ਵੀਕ ਚੱਲ ਰਿਹਾ, ਅਤੇ ਸਾਰੇ ਜਾਣਦੇ ਨੇ 7 ਤਰੀਕ ਤੋਂ ਇਹ ਸ਼ੁਰੂ ਹੋ ਜਾਂਦਾ ਅਤੇ 14 ਫਰਵਰੀ ਨੂੰ ਮਨਾਇਆ ਜਾਂਦਾ ਵੈਲੇਂਟਾਈਨਸ ਡੇ। ਜਿਹੜੇ ਕੰਟਰੀ ਵਿੱਚ ਅਸੀਂ ਰਹਿ ਰਹੇ ਹਾਂ, ਦਿੱਲੀ ਸਟੂਡੀਓ ਵਿੱਚ ਅਸੀਂ ਮੌਜੂਦ ਹਾਂ, ਅਸੀਂ ਇੰਡੀਆ ਤੋਂ ਐਪੀਸੋਡ ਬਣਾ ਰਹੇ ਹਾਂ, ਅਤੇ ਜਿਹੜੀ ਕੰਟਰੀ ਵਿੱਚ ਅਸੀਂ ਰਹਿ ਰਹੇ ਹਾਂ ਉੱਥੇ ਕਹਿੰਦੇ ਯੂਨਿਟੀ ਇਨ ਡਾਈਵਰਸਿਟੀ, ਹਰ ਧਰਮ ਦਾ ਇੱਥੇ ਵੈਲਕਮ ਕੀਤਾ ਜਾਂਦਾ ਹੈ, ਹਰ ਰਿਲੀਜਨ ਦਾ ਵੈਲਕਮ ਹੈ, ਹਰ ਜਾਤੀ ਦਾ ਇੱਥੇ ਵੈਲਕਮ ਹੈ, ਹਰ ਕਾਸਟ ਨੂੰ ਅਸੀਂ ਵੈਲਕਮ ਕਰਦੇ ਹਾਂ, ਸਿਰ ਮੱਥੇ ਰੱਖਦੇ ਹਾਂ। ਅਤੇ ਜਿਹੜੇ ਵੀ ਉਹ ਸਾਡੇ ਬਾਹਰ UK ਯੂਰੋਪ ਵਿੱਚ ਬੈਠੇ ਨੇ, ਉਹ ਵੀ ਉਸ ਦੇਸ਼ ਵਿੱਚ ਬੈਠੇ ਨੇ ਜਿੱਥੋਂ ਇਹ ਚੀਜ਼ ਆਈ ਹੈ। ਬਿਲਕੁਲ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ, ਸਾਰੇ ਵਿਊਜ਼ ਵੀ ਸਹਿਮਤ ਹੋਣਗੇ ਕਿ ਜਿਹੜੇ ਮੁਲਕ ਵਿੱਚ ਉਹ ਰਹਿ ਰਹੇ ਨੇ, ਉਹ ਕਹਿੰਦੇ ਜਿੱਥੋਂ ਦੀ ਰੋਟੀ ਖਾ ਰਹੇ ਹੋ ਉਸਦਾ ਬੁਰਾ ਕਿਉਂ ਮੰਗ, ਉੱਥੇ ਉਹ ਮਜਬੂਰ ਨੇ ਉਸ ਚੀਜ਼ ਨੂੰ ਫੋਲੋ ਕਰਨ ਲਈ, ਅਤੇ ਇੱਥੇ ਸਾਡੇ ਵਿੱਚ ਇਹ ਟ੍ਰੈਡੀਸ਼ਨ ਆਉਂਦਾ ਜਾ ਰਿਹਾ ਵੈਲੇਂਟਾਈਨਸ ਡੇ ਦਾ। ਸੋ ਇਸ ਬਾਰੇ ਅੱਜ ਅਸੀਂ ਗੱਲ ਕਰਾਂਗੇ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਵੈਲੇਂਟਾਈਨਸ ਡੇ ਦਾ, ਜੇਕਰ ਅਸੀਂ ਸਿੱਖੀ ਵੱਲ ਲੈ ਕੇ ਆਈਏ, ਸਿੱਖੀ ਨਾਲ ਵੈਲੇਂਟਾਈਨਸ ਡੇ ਦਾ ਕੀ ਮਤਲਬ, ਤੁਸੀਂ ਕੀ, ਤੁਹਾਡੇ ਕੀ ਵਿਊਜ਼ ਨੇ ਇਸ ਚੀਜ਼ ਬਾਰੇ? ਹਾਂਜੀ, ਜਿਵੇਂ ਵੈਲੇਂਟਾਈਨਸ ਡੇ ਦੀ ਹਰ ਸਾਲ ਆਉਂਦਾ, ਅਤੇ ਪਹਿਲਾਂ ਗੱਲ ਤਾਂ ਡਿਪੈਂਡ ਕਰਦਾ ਕਿ ਦੋ ਤਰੀਕੇ ਦੇ ਲੋਕ ਹੁੰਦੇ ਦੁਨੀਆਂ ਵਿੱਚ। ਹਾਂਜੀ, ਇੱਕ ਆਪਾਂ ਕਹਾਂਗੇ ਮਨਮੁੱਖ ਹੁੰਦਾ, ਅਤੇ ਗੁਰਮੁਖ ਹੁੰਦਾ। ਹਾਂਜੀ, ਅਤੇ ਜਿਹਦਾ ਮੂੰਹ ਮਨਮੁੱਖ ਦਾ ਅਰਥ ਹੋ ਗਿਆ, ਜਿਹਦਾ ਮੂੰਹ ਮਨ ਦੇ ਵੱਲ ਹੈ, ਅਤੇ ਗੁਰਮੁਖ ਹੋ ਗਿਆ ਜਿਹਦਾ ਮੂੰਹ ਗੁਰੂ ਦੇ ਵੱਲ ਹੈ। ਅਤੇ ਜੇ ਗੁਰੂ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਸਾਹਿਬ ਇਸ ਗੱਲ ਨੂੰ ਮੰਨਣਗੇ ਕਿ ਸਾਨੂੰ ਵੈਲੇਂਟਾਈਨਸ ਡੇ ਮਨਾਉਣਾ ਚਾਹੀਦਾ। ਹਾਂਜੀ, ਕਿਉਂਕਿ ਜਿੰਨਾ ਕੁ ਇਤਿਹਾਸ ਮੈਨੂੰ ਪਤਾ ਹੈ ਔਰ ਜਿੰਨਾ ਕੁ ਮੈਂ ਸਫ਼ਰ 'ਚ ਰਿਹਾ ਅੰਮ੍ਰਿਤ ਛੱਕ ਕੇ, ਅਤੇ ਮੇਰੇ ਮੰਨਣ ਨਾਲ ਇਹ ਚੀਜ਼ ਗਲਤ ਹੈ। ਜਿੰਨਾ ਮੈਂ ਆਪਣੇ ਹੋਰ ਗੁਰਸਿੱਖ ਵੀਰਾਂ ਤੋਂ ਸਿੱਖਿਆ, ਜਿਹਨਾਂ ਨਾਲ ਮੈਂ ਸੰਗ ਕੀਤਾ, ਇਹ ਗਲਤ ਹੈ। ਬਾਕੀ ਮੈਂ ਦੱਸਿਆ ਕਿ ਜਿਵੇਂ ਦੋ ਟਾਈਪ ਦੇ ਲੋਕ ਹੁੰਦੇ ਆ, ਮਨਮੁੱਖ ਔਰ ਗੁਰਮੁਖ, ਅਤੇ ਕਈ ਮੋਸਟਲੀ ਇਹ ਸਭ ਚੀਜ਼ਾਂ ਮਨਮੁੱਖ ਕਰਦੇ ਆ ਔਰ ਗੁਰਮੁਖ ਵੀ ਕਰਦੇ, ਆਪਾਂ ਕਹਿ ਨਹੀਂ ਸਕਦੇ। ਅੱਜ ਕੱਲ੍ਹ ਜੋ ਟ੍ਰੈਂਡ ਚੱਲ ਰਿਹਾ, ਹਰ ਕੋਈ ਹਰ ਗੱਲ ਡਿਸਕਲੋਜ਼ ਨਹੀਂ ਕਰਦਾ, ਅਤੇ ਸਾਨੂੰ ਮਤਲਬ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਿਸੇ ਦੀ ਪਰਸਨਲ ਲਾਈਫ 'ਚ ਦੇਖੀ। ਬਟ ਜੇ ਮੇਰਾ ਮੰਨਣਾ ਇਹ ਹੈ ਕਿ ਵੈਲੇਂਟਾਈਨਸ ਡੇ ਠੀਕ ਹੈਗਾ, ਬਟ ਇੱਕ ਗੁਰਮੁਖ ਨੂੰ ਇਹ ਚੀਜ਼ ਸ਼ੋਭਾ ਨਹੀਂ ਦਿੰਦਾ, ਨਹੀਂ ਦਿੰਦੀ।
ਮਤਲਬ ਅਕੋਰਡਿੰਗ ਟੂ ਯੂ ਸਿੱਖਿਜ਼ਮ ਵਿੱਚ ਵੈਲੇਂਟਾਈਨਸ ਡੇ ਦੀ ਕੋਈ ਜਗ੍ਹਾ ਨਹੀਂ ਹੈ, ਪਰ ਜੇਕਰ ਅਸੀਂ ਇਸ ਤਰੀਕੇ ਨਾਲ ਨਾ ਵੇਖੀਏ, ਅਸੀਂ ਇਸ ਤਰੀਕੇ ਨਾਲ ਵੇਖੀਏ ਕਿ ਵੈਲੇਂਟਾਈਨਸ ਡੇ ਸਿਰਫ ਅਸੀਂ ਕਪਲਸ ਦਾ ਨਾ ਮੰਨੀਏ, ਹੈ ਨਾ, ਅਸੀਂ ਪੇਰੈਂਟਸ ਨਾਲ ਵੀ ਮਨਾ ਸਕਦੇ ਹਾਂ, ਆਪਣੀ ਮਦਰ ਨਾਲ ਮਨਾਈਏ, ਫਾਦਰ ਨਾਲ ਮਨਾਈਏ, ਉਸ ਬਾਰੇ ਤੁਸੀਂ ਕੀ ਕਹੋਗੇ? ਹਾਂਜੀ, ਜਿਵੇਂ ਉਹੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਦੋ ਤਰੀਕੇ ਨਾਲ ਸੋਚਿਆ ਜਾ ਸਕਦਾ ਹੈ, ਇੱਕ ਮਨ ਦੇ ਤਰਫ ਸੋਚਿਆ ਜਾ ਸਕਦਾ ਹੈ ਅਤੇ ਇੱਕ ਗੁਰੂ ਵੱਲ ਸੋਚਿਆ ਜਾ ਸਕਦਾ ਹੈ। ਅਤੇ ਗੁਰੂ ਸਾਹਿਬ ਤਾਂ ਕਦੀ ਵੀ ਮਨਾ ਨਹੀਂ ਕਰਦੇ ਕਿ ਆਪਾਂ ਕਿਸੇ ਨੂੰ ਪਿਆਰ ਨਾ ਕਰ, ਵੈਲੇਂਟਾਈਨਸ ਡੇ ਦਾ ਮੀਨਿੰਗ ਇਹ ਹੀ ਹੋ ਗਿਆ ਕਿ ਆਪਾਂ ਪਿਆਰ ਕਰਨਾ। ਹਾਂਜੀ, ਅਤੇ ਪਿਆਰ ਆਪਾਂ ਕਿਸੇ ਨਾਲ ਵੀ ਕਰ ਸਕਦੇ। ਹਾਂਜੀ, ਅਤੇ ਪਿਆਰ ਅਸੀਂ ਗੁਰੂ ਨਾਲ ਵੀ ਕਰ ਸਕਦੇ ਹਾਂ, ਬਿਲਕੁਲ, ਹੈ ਨਾ। ਗੁਰਬਾਣੀ ਵਿੱਚ ਵੀ ਇਹੀ ਹੈ ਕਿ ਤੁਸੀਂ ਗੁਰੂ ਨੂੰ ਆਪਣਾ ਮੰਨੋ, ਉਹਨੂੰ ਪਿਆਰ ਕਰੋ, ਕਿਸੇ ਤਰੀਕੇ ਸੇਵਾ ਕਰਕੇ ਕਰੋ, ਜਾਂ ਉਹ ਚੀਜ਼ਾਂ ਕਰੋ ਜੋ ਗੁਰੂ ਨੂੰ ਖੁਸ਼ ਕਰਨ। ਅਤੇ ਗੁਰਬਾਣੀ ਵਿੱਚ ਇਸ ਦੀ ਕੀ ਜਗ੍ਹਾ ਹੈ? ਜਿਵੇਂ ਗੁਰਬਾਣੀ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੁਨਿਆਵੀ ਤੌਰ 'ਤੇ ਦੇਖਿਆ ਜਾਵੇ ਤਾਂ ਵੈਲੇਂਟਾਈਨਸ ਡੇ ਲੋਕਾਂ ਦੇ ਮਾਇੰਡ 'ਚ ਇਹ ਹੈ ਕਿ ਕਪਲਸ ਹੋ ਗਏ। ਹਾਂਜੀ, ਅਤੇ ਮੈਂ ਇਹ ਵੀ ਨਹੀਂ ਮੰਨਦਾ ਜੇ ਦੁਨੀਆ ਵਾਲੀ ਤਰਫੋਂ ਸੋਚਿਆ ਜਾਏ ਕਿ ਇਹ ਚੀਜ਼ ਵੀ ਮਾੜੀ ਹੈ, ਮੈਂ ਨਹੀਂ ਸੋਚਦਾ, ਕਿਉਂਕਿ ਹਰ ਕਿਸੇ ਦੇ ਵਿੱਚ ਲਾਈਕਿੰਗਸ ਵੀ ਹੁੰਦੀਆਂ, ਡਿਸਲਾਈਕਿੰਗਸ ਵੀ ਹੁੰਦੀਆਂ, ਅਤੇ ਇੱਕ ਨਾ ਇੱਕ ਦਿਨ 'ਤੇ ਆਪਣਾ ਪਾਰਟਨਰ ਤੁਹਾਨੂੰ ਚੂਜ਼ ਕਰਨਾ ਹੀ ਕਰਨਾ। ਬਟ ਮੇਰਾ ਇਹ ਮੰਨਣਾ ਹੈ ਕਿ ਵੈਲੇਂਟਾਈਨਸ ਡੇ ਤਾਂ ਮਨਾਈਏ, ਬਟ ਇੱਦਾਂ ਨਾ ਹੋਏ ਕਿ ਹਰ ਸਾਲ ਤੁਹਾਡਾ ਪਾਰਟਨਰ ਕੋਈ ਹੋਰ ਹੋ। ਇਹ ਤਾਂ ਮੀਨ ਲਾਈਕ ਇਹ ਓਬਵੀਅਸ ਗੱਲ ਹੈ, ਪਰ ਇਹ ਵੀ ਚੀਜ਼ ਅੱਜ ਕੱਲ੍ਹ ਟ੍ਰੈਂਡ ਚੱਲਣ ਲੱਗ ਗਈ ਹੈ ਕਿ ਟਾਈਮ ਪਾਸ ਕਰ ਲਿਆ, ਬੋਰ ਹੋ ਗਏ, ਉਹ ਚੀਜ਼ ਹਰ ਸਾਲ ਪਾਰਟਨਰ ਚੇਂਜ ਕਰ ਲਿਆ, ਜਾਂ ਜੋ ਵੀ ਉਹੀ ਹੈ ਕਿ ਉਹ ਚੀਜ਼ ਨੂੰ ਅਸੀਂ ਜੇਕਰ ਕਰਨਾ ਹੈ ਤਾਂ ਸੀਰੀਅਸਲੀ ਲੈ ਕੇ ਕਰੀਏ, ਹੈ ਨਾ। ਅਤੇ ਇਹ ਚੀਜ਼ ਸਿੱਖੀ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਜੇਕਰ ਅਸੀਂ ਇਸ ਨੂੰ ਪ੍ਰੋਪਰਲੀ ਅਡੋਪਟ ਕਰ ਲਈਏ? ਜੇ ਗੁਰਮਤ ਵਿੱਚ ਵੈਸੇ ਮਨਾਈ ਹੈ ਤਾਂ ਅਸੀਂ ਵੈਸੇ ਉਹਨੂੰ ਨਹੀਂ ਸਾਨੂੰ ਐਕਸੈਪਟ ਕਰਨਾ ਚਾਹੀਦਾ, ਪਰ ਜਿਵੇਂ ਅੱਜ ਕੱਲ੍ਹ ਟ੍ਰੈਂਡ ਚੱਲਣ ਲੱਗ ਗਿਆ, ਅਤੇ ਫਿਰ ਇਹ ਸਿੱਖੀ ਨੂੰ ਕਿੱਥੇ ਲੈ ਕੇ ਜਾ ਰਿਹਾ ਵੈਲੇਂਟਾਈਨਸ ਡੇ? ਜਿਵੇਂ ਵੈਲੇਂਟਾਈਨਸ ਡੇ ਦੇ ਨਾਲ ਅਗਰ ਆਪਾਂ ਸਿੱਖੀ ਤਾਂ ਦੇਖੀਏ ਤਾਂ ਜੋ ਬਾਣੀ ਮੈਨੂੰ ਯਾਦ ਆਉਂਦੀ ਹੈ, ਅਤੇ ਮਹਾਰਾਜ ਨੇ ਜਿਵੇਂ ਸਾਨੂੰ ਕਿਹਾ ਕਿ ਵੇਖ ਪੜ੍ਹਾਈਆਂ ਚੰਗੀਆਂ, ਮਾਵਾਂ ਧੀਆਂ ਪੈਣਾ ਜਾਣੇ, ਅਤੇ ਉਹਦੇ ਵਿੱਚੋਂ ਫਿਰ ਇੱਕ ਗੱਲ ਇਹ ਵੀ ਕਹਿਤੀ ਕਿ ਇੱਕ ਨਾਰੀ ਨਾਲ ਜਾਂ ਇੱਕ ਨਾਲ ਸਾਡਾ ਹੋਣਾ ਚਾਹੀਦਾ ਸੰਬੰਧ, ਅਤੇ ਉਸੀ ਨਾਲ ਹੋਣਾ ਚਾਹੀਦਾ ਸਾਡਾ ਸੰਬੰਧ। ਅਤੇ ਹੋਰ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਕ ਸੰਸਾਰ ਦੇ ਲੋਕ ਹੋ ਗਏ ਅਤੇ ਇੱਕ ਭਗਤ ਹੋ ਗਏ। ਹਾਂਜੀ, ਗੁਰਬਾਣੀ 'ਚ ਹੋਰ ਵੀ ਆਉਂਦਾ ਜਿਵੇਂ ਭਗਤਾਂ ਦੀ ਚਾਲ ਨਿਰਾਲੀ, ਅਤੇ ਭਗਤਾਂ ਦੀ ਜਿਹੜੇ ਭਗਤ ਬਣਨ ਦੀ ਕੋਸ਼ਿਸ਼ ਕਰ ਰਹੇ, ਭਗਤ ਤਾਂ ਅਜੇ ਹਰ ਕੋਈ ਵੀ ਨਹੀਂ ਬਣ ਪਾਇਆ, ਅਤੇ ਜਿਹੜੇ ਕੋਸ਼ਿਸ਼ ਕਰਦੇ ਨੇ ਉਹ ਆਪਣੇ ਮਨ ਨੂੰ ਸਮਝਾਉਂਦੇ ਨੇ ਕਿ ਜੇ ਅਸੀਂ ਇਹ ਕੰਮ ਕਰਦੇ ਵੀ ਹਾਂ ਅਤੇ ਅਸੀਂ ਗੁਰੂ ਸਾਹਿਬ ਨੂੰ ਨਾਲ ਆਪਣੇ ਮੰਨੀਏ, ਅਤੇ ਜੇ ਅਸੀਂ ਮੈਂ ਮੰਨਦਾ ਕਿ ਜੇ ਅਸੀਂ ਗਲਤ ਹੋਵਾਂਗੇ ਅਤੇ ਉਸ ਚੀਜ਼ ਦਾ ਰਿਜ਼ਲਟ ਸਾਨੂੰ ਇਸੀ ਬਰਥ ਵਿੱਚ ਮਿਲ ਜਾਏਗਾ। ਅਤੇ ਇੱਕ ਚੀਜ਼ ਜਿਹੜੀ ਅੱਜ ਕੱਲ੍ਹ ਬਹੁਤ ਦੁੱਖਦਾਈ ਹੈ ਸਾਨੂੰ, ਅਤੇ ਇਹ ਚੀਜ਼ ਇੱਥੋਂ ਹੀ ਸਟਾਰਟ ਹੁੰਦੀ ਆ। ਤੁਸੀਂ ਪਹਿਲਾਂ ਸ਼ੌਕ ਸ਼ੌਕ ਵਿੱਚ ਕਿਸੇ ਨਾਲ ਰਿਲੇਸ਼ਨਸ਼ਿਪ ਵਿੱਚ ਆ ਜਾਂਦੇ ਹੋ, ਅਤੇ ਤੁਸੀਂ ਫਿਰ ਜਿਵੇਂ ਵੀ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਜਾਂ ਜੋ ਵੀ ਹੈ, ਇਹਦੇ ਵਿੱਚ ਕਪਲਸ ਦੀ ਜਦੋਂ ਗੱਲ ਆ ਜਾਂਦੀ ਹੈ, ਇੱਕ ਚੀਜ਼ ਜਿਹੜੀ ਵੇਖਣ ਨੂੰ ਮਿਲਦੀ ਹੈ ਇੰਟਰ ਰਿਲੀਜਨ, ਇੱਕ ਚੀਜ਼ ਕਹੀ ਜਾਂਦੀ ਹੈ ਇੰਟਰ ਕਾਸਟ। ਇੰਟਰ ਕਾਸਟ ਅਸੀਂ ਨਹੀਂ ਕਰਦੇ ਕਿਉਂਕਿ ਜਾਤੀ ਅਸੀਂ ਕੋਈ ਨਹੀਂ ਮੰਨਦੇ, ਪਰ ਜਦ ਅਸੀਂ ਧਰਮ ਦੀ ਗੱਲ ਕਰਦੇ ਹਾਂ ਉੱਥੇ ਅਸੀਂ ਜਿਵੇਂ ਸਿੱਖ ਕੁੜੀਆਂ ਨੇ ਉਹ ਸਰਦਾਰ ਮੁੰਡਿਆਂ ਨੂੰ ਨਹੀਂ ਪਸੰਦ ਕਰਦੀ ਅੱਜ ਕੱਲ੍ਹ ਕਿ ਮੈਨੂੰ ਕਲੀਨ ਸ਼ੇਵਨ ਮੁੰਡਾ ਚਾਹੀਦਾ ਹੈ ਜਾਂ ਦਸਤਾਰ ਵਾਲਾ ਮੁੰਡਾ ਨਹੀਂ ਚਾਹੀਦਾ, ਕਦੇ ਵਾਰ ਇਹੋ ਜਿਹਾ ਵੀ ਹੁੰਦਾ ਕਿ ਸਰਦਾਰ ਮੁੰਡੇ ਹੀ ਇਹ ਗੱਲ ਕਹਿ ਦਿੰਦੇ ਨੇ ਕਿ ਨਹੀਂ ਮੈਨੂੰ ਤਾਂ ਮਾਡਰਨ ਕੁੜੀ ਚਾਹੀਦੀ ਆ ਜਿਹੜੀ ਪੂਰੇ ਫੈਸ਼ਨ ਕਰਦੀ ਹੋਵੇ, ਵਾਲ ਟ੍ਰਿਮ ਕਰਦੀ ਹੋਵੇ। ਇਸ ਬਾਰੇ ਤੁਸੀਂ ਕੀ ਕਹੋਗੇ ਕਿ ਅੱਜ ਕੱਲ੍ਹ ਦਾ ਮਾਹੌਲ ਇੱਦਾਂ ਬਣਿਆ ਹੋਇਆ? ਮੇਰਾ ਮੰਨਣਾ ਇਹ ਹੈ ਕਿ ਜਿੰਨਾ ਮੈਂ ਸਿੱਖਿਆ ਹੈ ਕੀਰਤਨ 'ਤੇ ਜਾ ਕੇ ਜਾਂ ਕਥਾ ਸੁਣ ਕੇ, ਅਤੇ ਮੈਂ
ਭਾਈ ਰਣਜੀਤ ਸਿੰਘ ਜੀ ਕੰਟਰੀਆਂ ਲੈ ਗਏ ਨੇ, ਹਾਂਜੀ, ਤੇ ਉਹਨਾਂ ਨੂੰ ਮੈਂ ਸੁਣਦਾ ਤੇ ਉਹਨਾਂ ਤੋਂ ਮੈਂ ਇਹ ਗੱਲ ਸਿੱਖੀ ਹੈ, ਜਿਵੇਂ ਉਹਨਾਂ ਨੇ ਮੈਨੂੰ ਇਹ ਜੀਵਨ 'ਚ ਇਹ ਗੱਲ ਸਮਝ ਆਈ ਇਹਨਾਂ ਤੋਂ ਕਿ ਠੀਕ ਹੈ ਸਾਨੂੰ ਇੱਕ ਪਾਰਟਨਰ ਚੂਜ਼ ਕਰਨਾ ਹੈ, ਬਟ ਸਾਨੂੰ ਉਹਦਾ ਰੂਪ ਘੱਟ ਦੇਖਣਾ, ਹਾਂਜੀ, ਤੇ ਸਾਡੀ ਜਿਹੜੀ ਥਿੰਕਿੰਗ ਹੈ ਉਹ ਸਾਡੇ ਪਾਰਟਨਰ ਨਾਲ ਮਿਲਦੀ ਹੋਵੇ, ਕਿਉਂਕਿ ਜੇਕਰ ਆਪਾਂ ਰੂਪ ਦੇਖਾਂਗੇ ਤੇ ਹੋ ਸਕਦਾ ਉਹ ਅੱਗੇ ਤੱਕ ਵੀ ਚੱਲੇ, ਹਾਂਜੀ, ਡਿਪੈਂਡ ਕਰਦਾ ਫਿਊਚਰ 'ਤੇ, ਬਟ ਮੈਂ ਮੋਸਟਲੀ ਦੇਖਿਆ ਕਿ ਜੇ ਰੂਪ ਦੇਖਿਆ ਜਾਂਦਾ ਹੈ ਤੇ ਕਈ ਵਾਰੀ ਉਹ ਚੀਜ਼ ਉਲਟੀ ਵੀ ਪੈ ਜਾਂਦੀ ਹੈ, ਹਾਂਜੀ ਬਿਲਕੁਲ, ਤੇ ਮੈਂ ਮੇਰਾ ਮੰਨਣਾ ਇਹ ਕਿ ਸਾਨੂੰ ਗੁਣ ਦੇਖਣੇ ਚਾਹੀਦੇ ਨੇ ਔਰ ਸਾਡੀ ਜੇ ਸੋਚ ਹੈ ਉਹ ਸਾਡੇ ਪਾਰਟਨਰ ਨਾਲ ਮਿਲਦੀ ਹੈ ਤੇ ਕਾਫੀ ਲੌਂਗ ਜਰਨੀ ਹੋ ਸਕਦੀ ਹੈ, ਜੇ ਨਹੀਂ ਮਿਲਦੀ ਤੇ ਫਿਰ ਮੈਨੂੰ ਲੱਗਦਾ ਕਿ ਨਹੀਂ। ਪਰ ਇੱਥੇ ਗੱਲ ਹੋ ਰਹੀ ਹੈ ਇੰਟਰ ਰਿਲੀਜਨ ਦੀ, ਹੈ ਨਾ, ਉਹ ਚੀਜ਼ ਕਿੱਥੋਂ ਉੱਠਦੀ ਹੈ ਕਿ ਇਹ ਸਿੱਖ ਨੌਜਵਾਨਾਂ ਦੇ ਮਨ ਵਿੱਚ ਇਹ ਗੱਲ ਕਿੱਥੋਂ ਆ ਜਾਂਦੀ ਹੈ ਕਿ ਅਸੀਂ ਆਊਟ ਆਫ ਦਾ ਰਿਲੀਜਨ ਜਾ ਕੇ ਮੈਰਿਜ ਕਰਨੀ ਹੈ, ਕੁੜੀ ਦਾ ਕਿਉਂ ਇਹ ਮਨ ਬਣਦਾ, ਕਿਉਂ ਇਹ ਕੁੜੀ ਕਹਿੰਦੀ ਹੈ ਕਿ ਮੈਂ ਆਪਣੇ ਧਰਮ ਵਿੱਚ ਨਹੀਂ ਕਰਨਾ ਵਿਆਹ। ਇਹ ਗੱਲ ਵੀ ਠੀਕ ਹੈ, ਜਿਵੇਂ ਹੁਣ ਮੈਂ ਦੁਨੀਆ 'ਚ ਜਾਣਾ ਕੰਮ ਕਰਨ, ਜੋਬ ਕਰਦੇ ਹਾਂ ਤੇ ਉੱਥੇ ਜਾ ਕੇ ਵੀ ਕਾਫੀ ਕੁਝ ਪਤਾ ਲੱਗਦਾ, ਸਾਡੇ ਨਾਲ ਸਿੱਖ ਭਰਾ ਵੀ ਕੰਮ ਕਰਦੇ ਨੇ ਤੇ ਹੋਰ ਵੀ ਕੰਮ ਕਰਦੇ ਨੇ, ਤੇ ਅੱਜ ਕੱਲ੍ਹ ਮੈਂ ਜੋ ਦੇਖਿਆ ਕਿ ਸੋਚ ਬਦਲ ਗਈ ਹੈ ਕਾਫੀ ਜ਼ਿਆਦਾ, ਤੇ ਉਹ ਸਿੱਖੀ ਨੂੰ ਇੱਕ ਅਸਾਈਡ ਰੱਖਤਾ ਉਹਨਾਂ ਨੇ ਤੇ ਆਪਣੇ ਮਨ 'ਤੇ ਜ਼ਿਆਦਾ ਚੱਲ ਰਹੇ ਨੇ, ਹਾਂਜੀ, ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਸੁੰਦਰਤਾ ਦੇਖੀ ਜਾਂਦੀ ਹੈ, ਤੇ ਅੱਜ ਕੱਲ੍ਹ ਲੋਕਾਂ ਨੇ ਬਸ ਇਹੀ ਦੇਖ ਲਿਆ ਕਿ ਬਸ ਆਪਾਂ ਜਿਹਨੂੰ ਪਸੰਦ ਕਰ ਲਿਆ ਕਰ ਲਿਆ ਤੇ ਰਿਲੀਜਨ ਨਹੀਂ ਦੇਖਿਆ ਜਾਂਦਾ। ਮੈਂ ਕਾਫੀ ਕੇਸ ਦੇਖੇ ਹੈ, ਕਈ ਸਿੱਖ ਕੁੜੀਆਂ ਹਿੰਦੂ ਪਰਿਵਾਰ ਵਿਆਹ ਕੀਤਾ, ਹਾਂਜੀ, ਠੀਕ ਹੈ ਵਿਆਹ ਕਰ ਲਿਆ, ਬਟ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇੰਨਾ ਸੋਹਣਾ ਸਾਨੂੰ ਵਿਰਸਾ ਮਿਲਿਆ ਤੇ ਜੇ ਹਿੰਦੂ ਪਰਿਵਾਰ 'ਚ ਵਿਆਹ ਕਰ ਲਿਆ ਤੇ ਫਿਰ ਉਹ ਕੁੜੀ ਸਿੱਖ ਨਹੀਂ ਰਹਿ ਸਕਦੀ, ਨਹੀਂ ਰਹਿ ਸਕਦੀ, ਤੇ ਉੱਥੇ ਜਾ ਕੇ ਉਸ ਫੈਮਿਲੀ ਦੇ ਜਿਹੜੇ ਟ੍ਰੈਡੀਸ਼ਨਸ ਨੇ, ਜੋ ਰੀਤੀ ਰਿਵਾਜ਼ ਨੇ, ਉਹ ਕੱਢਣੇ ਪੈਗੇ, ਉਹ ਸਭ ਕੁਝ। ਦੇ ਵਿਲ ਐਕਸਪੈਕਟ ਕਿ ਜੋ ਸਾਡੀ ਡੋਟਰ ਇਨ ਲਾਅ ਆ ਰਹੀ ਆ, ਜਿਵੇਂ ਅਸੀਂ ਆਪਣੇ ਧਰਮ ਦਾ ਕਰ ਰਹੇ ਹਾਂ, ਉਹ ਵੀ ਆ ਕੇ ਕਰੇ, ਪਾਠ ਪੂਜਾ ਜਿਵੇਂ ਵੀ ਕਰਦੇ ਆ ਉਹ ਕਰੇ, ਮੂਰਤੀ ਪੂਜਾ ਕਰਨੀ ਆ, ਇਟ ਕੈਨ ਬੀ ਐਨੀ ਰਿਲੀਜਨ, ਹੈ ਨਾ, ਅਸੀਂ ਸਪੈਸੀਫਿਕਲੀ ਹਿੰਦੂ ਪਰਿਵਾਰ ਨਹੀਂ ਕਹਿੰਦੇ, ਇਟ ਕੈਨ ਬੀ ਐਨੀ ਰਿਲੀਜਨ। ਸੋ ਇਹ ਚੀਜ਼ਾਂ ਨੇ, ਪਰ ਇਹਦੇ ਵਿੱਚ ਅਸੀਂ ਇੱਕ ਗੱਲ ਹੋਰ ਚੁੱਕਦੇ ਹਾਂ ਕਿ ਇਹ ਸ਼ੁਰੂਆਤ ਕਿੱਥੋਂ ਹੁੰਦੀ ਆ, ਇਹਦਾ ਕੌਣ ਹੈ ਜੋ ਇਹ ਚੀਜ਼ ਲਿਆ ਰਿਹਾ। ਅਸੀਂ ਮੀਡੀਆ ਨੂੰ ਵੀ ਕਹਿ ਸਕਦੇ ਹਾਂ, ਹੈ ਨਾ, ਅਸੀਂ ਅੱਜ ਕੱਲ੍ਹ ਦੇ ਸਿੰਗਰਾਂ ਨੂੰ ਵੀ ਦੋਸ਼ ਦੇ ਸਕਦੇ ਹਾਂ ਕਿ ਉਹ ਇਸ ਚੀਜ਼ ਨੂੰ ਬੜਾਵਾ ਦੇ ਰਹੇ ਨੇ ਅੱਜ ਕੱਲ੍ਹ ਦੇ ਯੰਗਸਟਰਸ ਦੇ ਵਿੱਚ, ਉਹ ਕੱਟ ਸ਼ਰਟ ਵਿਖਾਉਣਗੇ, ਉਹ ਮਾਡਰਨ ਕੁੜੀਆਂ ਵਿਖਾਉਣਗੀਆਂ। ਭਾਵੇਂ ਅਸੀਂ ਪੰਜਾਬੀ ਗਾਣੇ ਵੇਖ ਲਈਏ, ਬਹੁਤ ਘੱਟ ਸਿੰਗਰਸ ਨੇ ਇਹੋ ਜਿਹੜੇ ਵਿਰਸੇ ਨੂੰ ਜਾਂ ਰਿਲੀਜਨ ਨੂੰ ਮੋਟੀਵੇਟ ਕਰਦੇ ਨੇ, ਹੈ ਨਾ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਜਿੱਥੇ ਤੱਕ ਮੇਰੀ ਸੋਚ ਹੈ, ਅੱਜ ਕੱਲ੍ਹ ਦਾ ਜਿਹੜਾ ਟ੍ਰੈਡੀਸ਼ਨ ਚੱਲ ਰਿਹਾ ਹੈ, ਕਾਫੀ ਪ੍ਰਚਾਰਕ ਨੇ ਜਿਹੜੇ ਪ੍ਰਚਾਰ ਕਰ ਰਹੇ ਨੇ, ਬਟ ਉਸ ਚੀਜ਼ ਦਾ ਅਸਰ ਘੱਟ ਹੋ ਰਿਹਾ। ਪਰ ਹੁਣ ਜਿਵੇਂ ਤੁਸੀਂ ਹੁਣ ਵੈਲੇਂਟਾਈਨਸ ਵੀਕ ਦੀ ਅਸੀਂ ਗੱਲ ਕਰ ਰਹੇ ਹਾਂ ਨਾ, ਹੁਣ ਵੈਲੇਂਟਾਈਨਸ ਵੀਕ ਵਿੱਚ ਹੀ ਤੁਸੀਂ ਵੇਖੋਗੇ ਇੰਨੇ ਸਾਰੇ ਗਾਣੇ ਆਉਣਗੇ ਜੋ ਸਪੈਸ਼ਲੀ ਵੈਲੇਂਟਾਈਨਸ ਵੀਕ ਲਈ ਬੰਦ ਨੇ। ਤਾਂ ਇਹੋ ਜਿਹੀ ਚੀਜ਼ਾਂ ਨੇ ਸਿੰਗਰਸ ਵੱਲੋਂ ਕੀਤੀ ਜਾਂਦੀ ਹੈ ਜੋ ਇਸ ਚੀਜ਼ ਨੂੰ ਪ੍ਰੋਵੋਕ ਕਰ ਰਹੀ ਹੈ ਯੰਗਸਟਰਸ ਦੇ ਵਿੱਚ, ਹੈ ਨਾ, ਫਿਰ ਉਹ ਗੀਤ ਵੇਖ ਵੇਖ ਕੇ ਹੀ ਯੰਗਸਟਰਸ ਦੇ ਮਨ ਵਿੱਚ ਗੱਲ ਆਉਂਦੀ ਹੈ ਕਿ ਅਸੀਂ ਵੀ ਕਿਉਂ ਨਾ ਇਹ ਟਰਾਈ ਕਰੀਏ, ਹੈ ਨਾ। ਇਹ ਮੇਨ ਚੀਜ਼ ਇਹ ਹੈਗੀ ਕਿ ਜਿਵੇਂ ਉਹੀ ਪਹਿਲਾਂ ਵਾਲਾ ਟੋਪਿਕ ਲਿੱਤਾ ਜਾਏ ਕਿ ਇੱਕ ਮਨਮੁੱਖ ਇੱਕ ਗੁਰਮੁਖ, ਤੇ ਇਹ ਮੋਸਟਲੀ ਸਾਰੀ ਸੋਚ ਜਿਹੜਾ ਮਨ ਦੇ ਪਿੱਛੇ ਭੱਜਦਾ ਆਪਣੇ, ਹਾਂਜੀ, ਉਹਨਾਂ ਦੀ ਹੁੰਦੀ ਮਨ ਦੇ ਪਿੱਛੇ, ਤੇ ਗੁਰਮੁਖ ਵੀ ਭੱਜਦੇ ਨੇ, ਜਿਹੜੇ ਗੁਰੂ ਵੱਲ ਜਿਹਨਾਂ ਦਾ ਮੂੰਹ ਹੈ ਉਹ ਵੀ ਭੱਜ ਰਹੇ ਨੇ, ਬਟ ਇਹੀ ਹੁੰਦਾ ਕਿ ਜਿਹੜੇ ਗੁਰਮੁਖ ਹੁੰਦੇ ਨੇ ਉਹ ਆਪਣੇ ਆਪ ਨੂੰ ਬਾਣੇ 'ਚ ਰੱਖਦੇ ਨੇ, ਹਾਂਜੀ, ਤੇ ਜਦ ਆਪਾਂ ਕਿਰਪਾਨ ਪਾਈ ਹੋਵੇ ਤੇ ਜਦ ਮਨ ਦੇ ਪਿੱਛੇ ਅਸੀਂ ਭੱਜਣ ਲੱਗਦੇ ਹਾਂ ਤੇ ਸਾਨੂੰ ਉਹ ਕਿਰਪਾਨ ਜਾਂ ਆਪਣਾ ਰੂਪ ਦੇਖ ਕੇ ਸਾਨੂੰ ਵਾਪਿਸ ਲਿਆਉਣਾ ਪੈਂਦਾ।
ਕਿ ਨਹੀਂ ਵਾਪਸ ਆ ਜਾਈਏ ਅਸੀਂ। ਅਤੇ ਬਾਕੀ ਮੇਰਾ ਇਹ ਮੰਨਣਾ ਹੈ ਕਿ ਡਿਪੈਂਡ ਕਰਦਾ ਹੈ ਕਿਹਦੀ ਕਿੱਦਾਂ ਦੀ ਸੋਚ। ਹਾਂਜੀ, ਅਤੇ ਤੁਸੀਂ ਕਿਸ ਸੰਗਤ ਵਿੱਚ ਹੋ, ਤੁਸੀਂ ਕਿਹਦੇ ਤੋਂ ਇੰਸਪਾਇਰ ਹੋ ਰਹੇ ਹੋ, ਤੁਸੀਂ ਕੀ ਸਿੱਖ ਰਹੇ ਹੋ, ਪਰਿਵਾਰ ਵਿੱਚ ਕੀ ਮਾਹੌਲ ਆ। ਪੇਰੈਂਟਸ ਰੋਕਣਾ ਚਾਹੁਣ, ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਲਈ ਰੋਕ ਸਕਦੇ ਨੇ ਕਿ ਤੁਸੀਂ ਗਲਤ ਕਰ ਰਹੇ ਹੋ, ਤੁਹਾਡੀ ਇੱਕ ਲਿਮਿਟ ਹੈਗੀ ਆ। ਨਹੀਂ ਤਾਂ ਤੁਸੀਂ ਵੈਲੈਂਟਾਈਨਸ ਦੇ ਆਪਣੀ ਫੈਮਿਲੀ ਨਾਲ ਮਨਾਓ, ਉਹਦੇ ਵਿੱਚ ਕੋਈ ਹਰਜ ਨਹੀਂ ਹੈ। ਤੁਸੀਂ ਆਪਣੇ ਗੁਰੂ ਨੂੰ ਪਿਆਰ ਕਰੋ, ਕੋਈ ਹਰਜ ਨਹੀਂ। ਆਪਣੀ ਮਦਰ ਨੂੰ ਕਰੋ, ਆਪਣੇ ਫਾਦਰ ਨੂੰ ਕਰੋ। ਤੁਸੀਂ ਆਪਣੇ ਪੇਰੈਂਟਸ ਨੂੰ ਇੱਕ ਬੁੱਕੇ ਲਿਆ ਕੇ ਦੇ ਦਿਓ ਕਿ ਹਾਂ ਪਾਪਾ ਮੰਮਾ, ਅੱਜ ਵੈਲੈਂਟਾਈਨਸ ਡੇ ਆ, ਮੈਂ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ। ਅਸੀਂ, ਸਾਡੇ ਲਈ ਜ਼ਰੂਰੀ ਨਹੀਂ ਹੈ ਕਿ ਅਸੀਂ ਘਰ ਤੋਂ ਬਾਹਰ ਜਾ ਕੇ ਕਿਸੇ ਮੁੰਡੇ ਕੁੜੀ ਨਾਲ ਹੀ ਆਪਣੀ ਲਿਮਿਟਸ ਕ੍ਰੋਸ ਕਰਕੇ ਵੈਲੈਂਟਾਈਨਸ ਡੇ ਮਨਾਉਣਾ ਹੈ ਨਾ। ਅਤੇ ਉਹ ਟਾਈਮ ਪਾਸ ਵਾਲੀ ਵੀ ਗੱਲ ਅਸੀਂ ਨਹੀਂ ਕਰਨੀ, ਕਿਉਂਕਿ ਇਹਨਾਂ ਚੀਜ਼ਾਂ ਦਾ ਗੁਰਮਤ ਵਿੱਚ ਬਿਲਕੁਲ ਕੋਈ ਜਗ੍ਹਾ ਨਹੀਂ ਹੈ, ਮਨਾਈ ਆ। ਅਤੇ ਇਸੇ ਟੋਪਿਕ 'ਤੇ ਅਸੀਂ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਾਂਗੇ। ਸਾਡੇ ਨਾਲ ਸਟੂਡੀਓ ਵਿੱਚ ਸਿਮਰਨਜੀਤ ਸਿੰਘ ਨੇ, ਅਤੇ ਤੁਸੀਂ ਵੇਖਦੇ ਰਹੋ ਤਦ ਤੱਕ ਅਕਾਲ ਚੈਨਲ। ਮੈਂ ਵਾਪਸ ਆਵਾਂਗੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅਕਾਲ ਚੈਨਲ ਵੇਖ ਰਹੇ ਸਾਰੇ ਵਿਊਅਰਸ ਦਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਦਿੱਲੀ ਐਕਸਪ੍ਰੈਸ ਦੇ ਵਿੱਚ ਨਿੱਘਾ ਸਵਾਗਤ ਹੈ। ਮੈਂ ਹਾਂ ਤੁਹਾਡੀ ਆਪਣੀ ਹਰਮੀਤ ਕੌਰ, ਅਤੇ ਸਟੂਡੀਓ ਵਿੱਚ ਮੌਜੂਦ ਨੇ ਸਰਦਾਰ ਸਿਮਰਨਜੀਤ ਸਿੰਘ। ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ, ਇੱਕ ਨਵੇਕਲੀ ਜਿਹੀ ਕੋਸ਼ਿਸ਼ ਅਸੀਂ ਕੀਤੀ ਹੈ ਕਿ ਜੋ ਤੁਹਾਨੂੰ ਸ਼ਾਇਦ ਪਸੰਦ ਵੀ ਆਵੇਗੀ, ਕਿ ਅੱਜ ਅਸੀਂ ਐਪੀਸੋਡ ਵਿੱਚ ਸਿਰਫ ਉਹਨਾਂ ਮੁੱਦਿਆਂ 'ਤੇ ਗੱਲ ਕਰਨੀ ਹੈ ਜੋ ਮੁੱਦੇ ਅੱਜ ਕੱਲ੍ਹ ਚੱਲ ਰਹੇ ਨੇ, ਕਰੰਟ ਟੋਪਿਕਸ ਨੇ। ਅਤੇ ਤੁਸੀਂ ਮੇਰੇ ਖਿਆਲ ਸਹਿਮਤ ਹੋਵੇਗੇ ਜੋ ਗੱਲਾਂ ਸਾਡੀਆਂ ਬ੍ਰੇਕ ਤੋਂ ਪਹਿਲਾਂ ਹੋਈਆਂ। ਅਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਬੈਕਗਰਾਊਂਡ ਦੱਸਾਂ ਕਿ ਇਹ ਗੱਲ ਅਸੀਂ ਟੋਪਿਕ ਕਿਉਂ ਚੂਜ਼ ਕੀਤਾ, ਕਿਉਂਕਿ ਸਾਡੇ ਜ਼ਿਆਦਾਤਰ ਜਿਹੜੇ ਵਿਊਅਰਸ ਨੇ ਉਹ UK ਯੂਰਪ ਦੇ ਨੇ, ਅਤੇ ਇਹ ਜਿਹੜਾ ਵੈਲੈਂਟਾਈਨਸ ਡੇ ਦਾ ਟ੍ਰੈਂਡ ਹੈ, ਇਹ ਉੱਥੋਂ ਹੀ ਆਇਆ ਹੈ। ਕ੍ਰਿਸ਼ਚਨ ਫੈਸਟੀਵਲ ਇਹ ਮੰਨਿਆ ਜਾਂਦਾ ਸੀਗਾ ਕਿ ਕ੍ਰਿਸ਼ਚਨਸ ਵਿੱਚ ਇਹ ਟ੍ਰੈਂਡ ਸਟਾਰਟ ਹੋਇਆ। ਅਤੇ ਵਿਦੇਸ਼ਾਂ ਵਿੱਚ ਜੋ ਵਿਊਅਰਸ ਨੇ ਉਹਨਾਂ, ਉਹ ਆਪਣੇ ਆਸ ਪਾਸ ਉਹ ਮਾਹੌਲ ਜ਼ਰੂਰ ਵੇਖ ਰਹੇ ਹੋਣਗੇ ਅੱਜ ਕੱਲ੍ਹ ਵੈਲੈਂਟਾਈਨਸ ਵੀਕ ਦਾ। ਅਤੇ ਸਿਮਰਨਜੀਤ ਸਿੰਘ ਨਾਲ ਮੈਂ ਇਹੀ ਗੱਲ ਕਰ ਰਹੀ ਸੀ ਕਿ ਇਹ ਕਿਵੇਂ ਹੌਲੀ 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 ਇੰਡੀਆ ਵੱਲ ਆਇਆ, ਕਿਉਂਕਿ ਇੰਡੀਆ ਡਾਈਵਰਸਿਟੀ, ਹਰ ਇੱਕ ਮਤਲਬ ਹਰ ਇੱਕ ਰਿਲੀਜਨ ਇੱਥੇ ਵੈਲਕਮ ਕੀਤਾ ਜਾਂਦਾ, ਹਰ ਇੱਕ ਫੈਸਟੀਵਲ ਟ੍ਰੈਂਡ ਇੱਥੇ ਵੈਲਕਮ ਕੀਤਾ ਜਾਂਦਾ, ਐਕਸੈਪਟ ਕਰਨਾ ਪੈਂਦਾ। ਅਤੇ ਉਹੀ ਚੀਜ਼ ਅਸੀਂ ਵੇਖ ਰਹੇ ਹਾਂ ਕਿ ਕਦ ਉਹ ਠੀਕ ਤਰੀਕੇ ਨਾਲ ਵੀ ਸਟਾਰਟ ਕੀਤੀ ਗਈ ਹੋਵੇ, ਪਰ ਹੌਲੀ 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 ਉਹਦਾ ਇੰਪੈਕਟ ਜਾਂ ਸਾਡੀ ਮਾਡਰਨਾਈਜੇਸ਼ਨ ਉਸਨੂੰ ਕਿਸ ਤਰੀਕੇ ਨਾਲ ਗਲਤ ਤਰੀਕੇ ਨਾਲ ਲੈ ਲੈਂਦੀ ਹੈ, ਜਾਂ ਆਪਣੇ ਤਰੀਕੇ ਮੋਲਡ ਕਰ ਕਰਕੇ ਕਰ ਕਰਕੇ ਉਹ ਚੀਜ਼ ਕਿੱਥੇ ਪਹੁੰਚ ਜਾਂਦੀ ਹੈ। ਜਿਵੇਂ ਕਿਹਾ ਜਾਂਦਾ ਸੀ ਕਿ ਵੈਲੈਂਟਾਈਨਸ ਵੀਕ ਜਿਹੜਾ ਸੀਗਾ ਜਾਂ ਵੈਲੈਂਟਾਈਨਸ ਡੇ ਸੀਗਾ, ਉਹ ਪਿਆਰ ਦਾ ਤੁਹਾਡਾ ਵਿਖਾਉਣ ਦਾ ਤਰੀਕਾ ਸੀ। ਭਾਵੇਂ ਤੁਸੀਂ ਪਹਿਲਾਂ ਚਰਚ ਜਾਂਦੇ ਹੁੰਦੇ ਸੀਗੇ ਲੋਕ, ਪਰ ਅੱਜ ਉਹ ਇੱਕ ਗਲਤ ਟਰੈਕ 'ਤੇ ਚਲਾ ਗਿਆ ਬਿਲਕੁਲ, ਹੈ ਨਾ। ਅਤੇ ਇਹੀ ਤੁਸੀਂ, ਕਿਉਂਕਿ ਤੁਸੀਂ ਇਹ ਗੱਲ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਸਾਡਾ ਵਿਊਅਰ ਜਿਹੜਾ ਮੇਨ ਵਿਊਅਰਸ ਹੈਗੇ ਆ ਨਾ, ਇੰਡੀਆ ਵਿੱਚ ਤਾਂ ਹੈਗੀ ਹੈਗੇ ਆ, ਪਰ ਮੇਨ ਵਿਊਅਰਸ਼ਿਪ ਸਾਨੂੰ UK ਯੂਰਪ ਵਿੱਚ ਜ਼ਿਆਦਾ ਮਿਲਦੀ ਆ। ਸੋ ਮੈਂ ਇਹ ਗੱਲ ਕਰ ਰਹੀ ਸੀ ਕਿ ਸਿੱਖੀ ਵਿੱਚ ਇਹਦੀ ਮਨਾਈ ਆ, ਪਰ ਅਸੀਂ ਇਹ ਚੀਜ਼ ਲੈ ਕੇ ਚੱਲੀ ਸਿੱਖੀ ਵਿੱਚ, ਉੱਥੇ ਹੀ ਗੱਲ ਆਉਂਦੀ ਹੈ ਇੱਕ ਪਿਤਾ ਇੱਕ ਕਸਕੇ ਹੰਬਾਰਕ। ਸੋ ਵਾਈ ਨੋਟ ਅਸੀਂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖੀਏ ਅਤੇ ਸਾਰਿਆਂ ਨਾਲ ਇੱਕੋ ਤਰੀਕੇ ਨਾਲ ਪਿਆਰ ਕਰੀਏ, ਹੈ ਨਾ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਮੇਰਾ ਇਹ ਮੰਨਣਾ ਹੈ, ਮੈਂ ਜੇ ਸੱਚ ਕਹਾਂ ਤਾਂ ਮੈਂ ਪਹਿਲਾਂ ਇੱਦਾਂ ਨਹੀਂ ਕਰਦਾ ਸੀ। ਜਦੋਂ ਅੰਮ੍ਰਿਤ ਛਕਿਆ, ਹਾਂਜੀ, ਅਤੇ ਮੈਂ ਇੱਦਾਂ ਨਹੀਂ ਕਰਦਾ ਸੀ, ਮੈਂ ਝੂਠ ਕਿਉਂ ਕਹਾਂ। ਅਤੇ ਜਿੱਦਾਂ ਜਿੱਦਾਂ ਰੀਸੈਂਟਲੀ ਆਪਾਂ ਵੱਧਦੇ ਹਾਂ ਅਤੇ ਆਪਾਂ ਨਵਾਂ ਨਵਾਂ ਸਿੱਖਦੇ ਹਾਂ ਕੁਛ ਨਾ ਕੁਛ, ਅਤੇ ਮੈਂ ਰੀਸੈਂਟਲੀ ਇੱਕ ਵੀਡੀਓ ਦੇਖੀ, ਅਤੇ ਉਹ ਇੰਟਰਵਿਊ ਸੀਗੀ ਭਾਈ ਜੀਵਨ ਸਿੰਘ ਜੀ ਹੈਗੇ ਨੇ,
ਉਹ ਅਖੰਡ ਕੀਰਤਨ ਜਥੇ ਦੇ ਪੁਰਾਤਨ ਕੀਰਤਨੀ ਹੋਏ ਨੇ, ਹੁਣ ਨਹੀਂ ਹੈਗੇ ਇਸ ਟਾਈਮ, ਅਕਾਲ ਚਲਾਣਾ ਕਰ ਗਏ ਨੇ। ਅਤੇ ਉਹਨਾਂ ਤੋਂ ਮੈਂ ਚੀਜ਼ ਸਿੱਖੀ, ਉਹ ਮੇਰਾ ਖਿਆਲ ਵੈਲੈਂਟਾਈਨਸ ਡੇ ਹਰ ਹਮੇਸ਼ਾ ਮਨਾਉਂਦੇ ਸੀਗੇ। ਓਕੇ, ਉਹ ਆਪਾਂ ਕਿਵੇਂ ਕਹਿ ਸਕਦੇ ਹਾਂ, ਕਿਉਂਕਿ ਉਹ ਹਰ ਕਿਸੇ ਨਾਲ ਪਿਆਰ ਕਰਦੇ ਸੀਗੇ। ਮੈਂ ਇਹ ਚੀਜ਼ ਸਿੱਖੀ, ਪਹਿਲਾਂ ਮੈਂ ਨਹੀਂ ਕਰਦਾ ਸੀਗਾ। ਤਾਂ ਮੈਂ ਜੋ ਉਹਨਾਂ ਬਾਰੇ ਸੁਣਿਆ, ਉਹਨਾਂ ਨੇ ਦੱਸਿਆ ਕਿ ਉਹ ਇੱਕ ਕੋਈ ਸ਼ਰਾਬੀ ਹੈ, ਕੋਈ ਸਿਗਰਟ ਪੀਂਦਾ ਹੈ, ਕੋਈ ਕੁਛ ਵੀ ਕਰਦਾ, ਬਟ ਉਹ ਕਦੇ ਵੀ ਉਹਨੂੰ ਫਟਕਾਰਦੇ ਨਹੀਂ ਸੀਗੇ। ਉਹ ਹਮੇਸ਼ਾ ਉਹਦੇ ਨਾਲ ਮਿਲਣ ਦੀ ਕੋਸ਼ਿਸ਼ ਕਰਦੇ ਸੀਗੇ ਅਤੇ ਹਰ ਕਿਸੇ ਨਾਲ ਪਿਆਰ ਕਰਦੇ ਸੀ, ਕਿਉਂਕਿ ਬਾਣੀ 'ਚ ਵੀ ਜਿਵੇਂ ਕਿਹਾ ਕਿ ਪ੍ਰੇਮ ਦੀ ਸਾਰੀ ਖੇਡ ਹੈ, ਪ੍ਰੇਮ ਦੀ ਖੇਡ ਗੁਰੂ ਵੱਲ ਵੀ ਹੈਗੀ ਹੈ। ਔਰ ਗੁਰੂ ਵੱਲ ਜੇ ਆਪਾਂ ਪ੍ਰੇਮ ਕਰਾਂਗੇ, ਜੇ ਸੱਚੇ ਮਨ ਨਾਲ ਕਰਾਂਗੇ, ਤਾਂ ਸਾਡਾ ਪ੍ਰੇਮ ਸਾਰਿਆਂ ਨਾਲ ਹੋਵੇ, ਤਰੀਕੇ ਡੋਲ ਗਿਆ ਤੇ ਉਹਨੂੰ ਇਹ ਨਾ ਹੋਏ ਕਿ ਉਹਦੀ ਬਾਂਹ ਤੁਸੀਂ ਛੱਡ ਦੋ। ਜੇਕਰ ਗੁਰੂ ਮਹਾਰਾਜ ਦੀ ਮਰਜ਼ੀ ਹੋਈ, ਤੁਹਾਡੀ ਸੇਵਾ ਲੱਗ ਗਈ, ਤੁਸੀਂ ਉਹਨੂੰ ਵਾਪਿਸ ਵੀ ਲਿਆ ਸਕਦੇ ਹੋ। ਤੇ ਇੱਕ ਗੱਲ ਇਹ ਅਕਸਰ ਆ ਜਾਂਦੀ, ਜਿਵੇਂ ਤੁਸੀਂ ਉਹ ਕਹਿ ਰਹੇ ਹੋ ਕਿ ਉਹ ਹਮੇਸ਼ਾ ਮਨਾਉਂਦੇ ਸੀ ਵੈਲੈਂਟਾਈਨ ਡੇ, ਕੀ ਸਾਨੂੰ ਜ਼ਰੂਰੀ ਹੈ ਕਿ ਸਾਨੂੰ ਇੱਕ ਦਿਨ ਹੀ ਚਾਹੀਦਾ ਸਾਲ ਵਿੱਚ, ਜਾਂ ਇੱਕ ਹਫ਼ਤਾ ਹੀ ਚਾਹੀਦਾ ਆਪਣਾ ਪਿਆਰ ਐਕਸਪ੍ਰੈਸ ਕਰਨ ਲਈ, ਕਿਸੇ ਲਈ ਵੀ ਅਸੀਂ ਐਕਸਪ੍ਰੈਸ ਕਰੀਏ, ਚਾਹੇ ਅਸੀਂ ਇੰਡੀਆ ਵਿੱਚ ਰਹਿ ਰਹੇ ਹਾਂ ਜਾਂ ਫੋਰਨ ਵਿੱਚ ਰਹਿ ਰਹੇ ਹਾਂ, ਆਪਣੇ ਆਸ ਪਾਸ ਜੋ ਵੀ ਮਾਹੌਲ ਵੇਖ ਰਹੇ ਹਾਂ, ਕੀ ਜ਼ਰੂਰੀ ਹੈ ਕਿ ਸਾਨੂੰ ਇੱਕ ਦਿਨ ਹੀ ਚਾਹੀਦਾ ਕਿ ਅਸੀਂ ਸਿਰਫ ਵੈਲੈਂਟਾਈਨਸ ਡੇ ਵਾਲੇ ਦਿਨ ਹੀ ਆਪਣਾ ਐਕਸਪ੍ਰੈਸ ਕਰਾਂਗੇ ਫੀਲਿੰਗਸ ਨੂੰ, ਜਾਂ ਇੱਕ ਰੋਜ਼ ਦੇ ਦਿੱਤਾ, ਇੱਕ ਦਿਨ ਰੋਜ਼ ਦੇ ਦਿੱਤਾ, ਇੱਕ ਦਿਨ ਟੈਡੀ ਬੀਅਰ ਦੇ ਦਿੱਤਾ, ਵਾਈ ਨੋਟ ਐਵਰੀ ਡੇ? ਰੋਜ਼ ਕਿਉਂ ਨਹੀਂ ਅਸੀਂ ਕੁਝ ਇਹੋ ਜਿਹਾ ਕਰੀਏ ਕਿ ਸਾਡੇ ਪੇਰੈਂਟਸ ਨੂੰ, ਸਾਡੇ ਪਾਰਟਨਰ ਨੂੰ ਉਹ ਚੀਜ਼ ਖੁਸ਼ੀ ਮਿਲੇ? ਗੱਲ ਠੀਕ ਹੈ, ਉਹੀ ਗੱਲ ਹੈ ਕਿ ਆਪਾਂ ਜੇ ਵੈਲੈਂਟਾਈਨਸ ਡੇ, ਜੇ ਅੱਜ ਦਾ ਹਿਊਮਨ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ ਵੈਲੈਂਟਾਈਨਸ ਡੇ, ਤਾਂ ਠੀਕ ਹੈ ਉਹ ਆਪਣੇ ਪਾਰਟਨਰ ਨਾਲ ਕਰੇ, ਉਹ ਵੀ ਜ਼ਰੂਰੀ ਹੈ, ਉਹ ਵੀ ਕਰਨਾ ਚਾਹੀਦਾ ਹੈ। ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸਾਡਾ ਪਾਰਟਨਰ ਹੈ, ਕਈ ਵਾਰੀ ਉਹਦੇ ਵੀ ਮਨ 'ਚ ਕੁਛ ਐਕਸਪੈਕਟੇਸ਼ਨਸ ਹੁੰਦੀਆਂ ਅਤੇ ਉਹ ਚਾਹੁੰਦਾ ਉਹਨੂੰ ਪੂਰੀਆਂ ਕਰਨਾ, ਅਤੇ ਜੇ ਆਪਾਂ ਉਹਦੀ ਐਕਸਪੈਕਟੇਸ਼ਨ ਪੂਰੀ ਕਰ ਰਹੇ ਹਾਂ ਤਾਂ ਮੈਨੂੰ ਇਹ ਲੱਗਦਾ ਕਿ ਕੁਝ ਗਲਤ ਨਹੀਂ ਹੈ, ਉਹ ਇਹਦੇ ਨਾਲ ਖੁਸ਼ ਹੋਏਗਾ। ਜੇ ਉਹ ਖੁਸ਼ ਹੋ ਰਿਹਾ ਤਾਂ ਸਾਨੂੰ ਕੋਈ ਦਿੱਕਤ, ਬਸ ਉਹ ਚੀਜ਼ ਹੈ ਕਿ ਮਰਿਆਦਾ ਦੇ ਵਿੱਚ ਰਹਿ ਕੇ ਕੀਤਾ। ਬਿਲਕੁਲ, ਅਤੇ ਇੰਡੀਆ ਵਿੱਚ ਬਹੁਤ ਸਾਰੀ ਇਹੋ ਜਿਹੀ ਰਿਲੀਜੀਅਸ ਔਰਗਨਾਈਜੇਸ਼ਨਸ ਅਸੀਂ ਵੇਖਦੇ ਹਾਂ ਜੋ ਇਸ ਚੀਜ਼ ਦੇ ਇੱਕਦਮ ਅਗੇਂਸਟ ਆ, ਹੈ ਨਾ, ਅਤੇ ਉਹ ਨੋਨ ਵਾਇਲੈਂਸ ਵੀ ਯੂਜ਼ ਕਰਦੇ ਨੇ। ਹਰ ਵਾਰੀ ਅਸੀਂ ਸੁਣਦੇ ਹਾਂ 14 ਨਵੰਬਰ ਨੂੰ ਕਿਸੇ ਕੋਈ ਇਹੋ ਜਿਹੀ ਔਰਗਨਾਈਜੇਸ਼ਨ ਨੇ, ਮੈਂ ਕਿਸੇ ਦਾ ਨਾਂ ਨਹੀਂ ਲਵਾਂਗੀ, ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰਾਂਗੀ, ਬਹੁਤ ਸਾਰੀ ਇਹੋ ਜਿਹੀ ਔਰਗਨਾਈਜੇਸ਼ਨਸ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਹੀ ਆਪਣੇ ਲੈਵਲ 'ਤੇ ਬਿਨਾਂ ਕਿਸੇ ਗੱਲ ਤੋਂ ਕਿਸੇ 'ਤੇ ਐਕਸ਼ਨ ਚੁੱਕ ਲਿਆ। ਕਿਤੇ ਕੋਈ ਕਪਲ ਵੇਖਿਆ, ਕਿਸੇ ਨਾਲ ਕੁੱਟਮਾਰ ਹੋ ਗਈ, ਕਿਸੇ ਨਾਲ ਪੁਲਿਸ ਵਿੱਚ ਦੇ ਦਿੱਤਾ, ਸਮਥਿੰਗ ਦੀਸ ਥਿੰਗਸ, ਹੈ ਨਾ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਮੇਰਾ ਇਹ ਮੰਨਣਾ ਹੈ ਕਿ ਮੈਂ ਰੀਸੈਂਟਲੀ ਵੀ ਸੋਚਦਾ ਹੁੰਦਾ ਅਤੇ ਮੈਂ ਕਈ ਵਾਰੀ ਮੋਸਟਲੀ ਜਿਹਦੇ ਨਾਲ ਰਹੀਦਾ ਉਹਦੇ ਨਾਲ ਗੱਲ ਕਰੀਦੀ ਹੁੰਦੀ, ਮੈਂ ਮੋਸਟਲੀ ਤਾਂ ਆਫਿਸ ਦੇ ਕਲੀਗਸ ਨਾਲ ਹੀ ਹੁੰਦਾ ਆਪਣੇ, ਅਤੇ ਮੈਂ ਉਹਨਾਂ ਨਾਲ ਵੀ ਇਹ ਡਿਸਕਸ ਕਰਦਾ ਕਿ ਅੱਜ ਕੱਲ੍ਹ ਜਿਹੜੀ ਮੇਨ ਪ੍ਰੋਬਲਮ ਇਹ ਚੱਲ ਰਹੀ ਹੈ ਕਿ ਇੱਕ ਜਿਹੜਾ ਬੰਦਾ ਹੈ ਉਹ ਕਦੀ ਵੀ ਪਰਸੈਪਸ਼ਨ ਬਹੁਤ ਲਾ ਰਿਹਾ ਅੱਜ ਕੱਲ੍ਹ, ਜੇ ਉਹਦੇ ਮਾਇੰਡ 'ਚ ਕੋਈ ਆ ਰਿਹਾ ਕਿ ਉਹ ਠੀਕ ਨਹੀਂ ਕਰ ਰਿਹਾ ਜਾਂ ਉਹ ਗਲਤ ਕਰ ਰਿਹਾ, ਤਾਂ ਪਹਿਲਾਂ ਸਿੱਧਾ ਜਾ ਕੇ ਉਹਨੂੰ ਅਟੈਕ ਕਰਨਾ, ਉਸ ਤੋਂ ਪਹਿਲਾਂ ਇੱਕ ਵਾਰੀ ਉਸ ਤੋਂ ਕਨਫਰਮ ਕੀਤਾ ਜਾਏ ਕਿ ਉਹ ਕਿਸ ਭਾਵਨਾ ਨਾਲ ਕਰ ਰਿਹਾ ਕਿ ਨਹੀਂ ਕਰ ਰਿਹਾ, ਜੇ ਉਹਦੇ ਮਨ 'ਚ ਕੁਝ ਗਲਤੀ ਹੈ ਕਿ ਨਹੀਂ ਹੈ, ਬਟ ਇੱਕ ਵਾਰੀ ਪੁੱਛਣਾ ਚਾਹੀਦਾ, ਇਹ ਨਹੀਂ ਕਿ ਬਸ ਸਿੱਧਾ ਜਾ ਕੇ ਅਟੈਕ ਕਰੋ। ਅੱਜ ਕੱਲ੍ਹ ਇਹ ਕਾਫੀ ਜ਼ਿਆਦਾ ਮਾਈਨਸ ਪੁਆਇੰਟ ਆ ਗਿਆ। ਅਤੇ ਇੰਡੀਅਨ ਕੋਨਸਟੀਟਿਊਸ਼ਨ ਸਾਰਿਆਂ ਨੂੰ ਰਾਈਟਸ ਦਿੰਦਾ ਹੈ ਨਾ, ਉਹਨੂੰ ਰਾਈਟ ਹੈ ਆਪਣੀ ਫੀਲਿੰਗਸ ਐਕਸਪ੍ਰੈਸ ਕਰਨ ਦਾ, ਆਪਣੀ ਮਰਜ਼ੀ, ਆਪਣਾ ਰਿਲੀਜਨ ਫੋਲੋ ਕਰਨ ਦਾ, ਜੋ ਵੀ ਹੈ।
ਪਰ ਇਹ ਜਿਹੜੀ ਆਰਗੇਨਾਈਜੇਸ਼ਨਸ ਆਪਣੇ ਆਪ ਇਹ ਸਮਝਦੀਆਂ ਨੇ ਕਿ ਨਹੀਂ ਬਸ ਅਸੀਂ ਆਪਣਾ ਰਿਲੀਜਨ ਥੋਪਣਾ ਹੈ ਕਿਸੇ 'ਤੇ, ਸਾਡੇ 'ਤੇ ਇਹ ਨਹੀਂ, ਸਾਡੇ ਵਿੱਚ ਅਤੇ ਸਿੱਖੀਜ਼ਮ ਵਿੱਚ ਇਹ ਚੀਜ਼ ਨਹੀਂ ਹੈ ਮੇਰੇ ਖਿਆਲ ਨਾਲ, ਹੈ ਨਾ, ਰਿਲੀਜਨ ਅਸੀਂ ਕਦੇ ਕਿਸੇ 'ਤੇ ਅਸੀਂ ਥੋਪਤੇ ਨਹੀਂ ਸਕਦੇ, ਹੈ ਨਾ, ਅਤੇ ਸਾਨੂੰ ਇਹ ਕਰਨਾ ਵੀ ਨਹੀਂ ਚਾਹੀਦਾ। ਬਟ ਅੱਜ ਕੱਲ੍ਹ ਦਾ ਯੂਥ ਸਾਰੇ ਨਹੀਂ ਬਹੁਤ, ਮੈਂ ਵੀ ਵਿੱਚ ਸੀਗਾ ਪਿਆਰ ਨਾਲ ਸਮਝਾ ਸਕਦੇ ਆ ਹਾਂਜੀ ਕਿ ਨਹੀਂ ਬਈ ਇੱਦਾਂ ਨਾ ਕਰੋ, ਹਾਂਜੀ ਇਹ ਜੇ ਕਰਨਾ ਹੈ ਤਾਂ ਤੁਸੀਂ ਇੱਕ ਬਾਉਂਡਰੀ ਦੇ ਵਿੱਚ ਰਹਿ ਕੇ ਕਰੋ, ਕਿਉਂਕਿ ਜੇ ਜਿਹੜਾ ਸਿੱਖ ਹੈ ਮੇਨ ਗੱਲ ਹੈ ਕਿ ਬੰਦੇ ਦੀ ਬਦਨਾਮੀ ਨਹੀਂ ਹੁੰਦੀ ਕਦੇ, ਤੇ ਜਿਹੜਾ ਉਹਨੇ ਟਾਇਰ ਪਾਇਆ ਹੁੰਦਾ ਨਾ ਤੇ ਉਹਦੀ ਹਮੇਸ਼ਾ ਇਨਸਲਟ ਹੁੰਦੀ ਹੈ, ਤੇ ਜੇ ਸਿੱਖ ਇਹ ਕੰਮ ਕਰੇਗਾ ਤੇ ਇਨਸਲਟ ਸਾਡੀ ਨਹੀਂ ਹੈ, ਇਨਸਲਟ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ, ਹਾਂਜੀ ਤੇ ਬਸ ਇਹ ਸਭ ਦੇਖ ਕੇ ਕਰਨਾ, ਪਰ ਇਹ ਸਭ ਕੁਝ ਪਿਆਰ ਨਾਲ ਕਰਨਾ, ਵਾਇਲੈਂਸ ਨਾਲ ਨਹੀਂ ਹੋਏਗਾ। ਪਰ ਇਹ ਚੀਜ਼ ਜਿਵੇਂ ਅਸੀਂ ਪਹਿਲਾਂ ਵੀ ਵੇਖੀ ਆ ਕਿ ਇਹਦੇ ਵਿੱਚ ਨਾ ਅੱਜ ਕੱਲ੍ਹ ਇੰਡੀਆ ਵਿੱਚ ਲੋਕਾਂ ਦੀ ਆਦਤ ਹੋ ਗਈ ਕਿ ਇੱਕਦਮ ਰਿਐਕਟ ਕਰ ਦਿੰਦੇ ਨੇ, ਹੈ ਨਾ, ਅਤੇ ਜਿਵੇਂ ਬਾਅਦ ਵਿੱਚ ਪਤਾ ਚੱਲਦਾ ਕਿ ਉਹ ਐਕਚੁਅਲ ਵਿੱਚ ਕਪਲ, ਮਤਲਬ ਮੈਰਿਡ ਕਪਲ ਸੀਗਾ, ਤੁਸੀਂ ਇੱਕਦਮ ਅਟੈਕ ਕਰਦੇ, ਮਤਲਬ ਤੁਸੀਂ ਕਿਸੇ ਨੂੰ ਫਰੀਡਮ ਦੇ ਹੀ ਨਹੀਂ ਰਹੇ, ਤੁਸੀਂ ਆਪਣਾ, ਤੁਸੀਂ ਕੋਨਸਟੀਟਿਊਸ਼ਨ ਦੇ ਅਗੇਂਸਟ ਜਾ ਰਹੇ ਹੋ, ਤੁਸੀਂ ਪੁਲਿਸ ਰੂਲਸ ਜਿਹੜੇ ਨੇ, ਰੈਗੂਲੇਸ਼ਨਸ ਨੇ ਕੰਟਰੀ ਦੇ, ਉਹਦੇ ਅਗੇਂਸਟ ਜਾ ਰਹੇ ਹੋ। ਅਤੇ ਇੱਕ ਚੀਜ਼ ਮੈਂ ਪਹਿਲਾਂ ਵੀ, ਮੈਂ ਇਸ ਚੀਜ਼ ਨੂੰ ਵੈਲੇਂਟਾਈਨਸ ਡੇ ਨੂੰ ਅਸੀਂ ਕਪਲਸ ਤੋਂ ਮੈਂ ਥੋੜ੍ਹਾ ਜਿਹਾ ਹਟਾ ਕੇ ਮੈਂ ਇਹੀ ਸੋਚਦੀ ਹਾਂ ਕਿ ਅਸੀਂ ਹਰ ਇੱਕ ਬੰਦੇ ਵਿੱਚ ਰੱਬ ਦਾ ਰੂਪ ਵੇਖੀਏ, ਹੈ ਨਾ, ਛੋਟਾ ਬੜਾ ਜੋ ਵੀ ਆ, ਅਸੀਂ ਸਾਰਿਆਂ ਨਾਲ ਮਨਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ। ਅਤੇ ਇੱਕ ਚੀਜ਼ ਜੇਕਰ ਅਸੀਂ ਮਨਾ ਵੀ ਰਹੇ ਹਾਂ, ਲਿਮਿਟਸ ਵਿੱਚ ਰਹਿ ਕੇ ਮਨਾ ਰਹੇ ਹਾਂ, ਅਸੀਂ ਇੰਜੋਏ ਕਰ ਰਹੇ ਹਾਂ, ਡੂਇੰਗ ਸਮਥਿੰਗ ਸਪੈਸ਼ਲ ਔਰ ਸਮਥਿੰਗ ਲਾਈਕ ਦੈਟ, ਇਹਦੇ ਵਿੱਚ ਵੇਸਟੇਜ ਆਫ ਮਨੀ ਕਿੰਨੀ ਆ? ਇਹ ਵੀ ਉਸ ਪਰਸਨ ਦੇ ਅਕੋਰਡਿੰਗ ਡਿਪੈਂਡ ਕਰਦਾ ਹੈ, ਜਿੰਨਾ ਉਹਦੇ ਮਨ 'ਚ ਹੈ ਜਾਂ ਜਿੰਨਾ ਉਹਦੀ ਕਪੈਸਿਟੀ ਹੈ ਜਾਂ ਜਿੰਨਾ ਉਹਦੀ ਇਨਕਮ ਹੈ। ਕਈ ਲੋਕ ਮੈਂ ਇੱਦਾਂ ਵੀ ਦੇਖੇ ਨੇ ਕਿ ਇਨਕਮ ਪੂਰੀ ਖਤਮ ਕਰਕੇ ਵੀ ਇਹ ਕੰਮ ਕਰਦੇ ਨੇ, ਹਾਂਜੀ, ਬਟ ਮੇਰਾ ਮੰਨਣਾ ਇਹ ਹੈ ਕਿ ਇੱਕ ਲਿਮਿਟ 'ਚ ਰਹੇ, ਇੱਕ ਹਰ ਚੀਜ਼ ਤੋਂ ਲੈ ਕੇ ਚੱਲੇ ਕਿ ਬਈ ਹਰ ਇੱਕ ਚੀਜ਼ ਦੇਖ ਕੇ ਚੱਲਣੀ ਹੈ, ਅਤੇ ਹਰ ਚੀਜ਼ ਦਾ ਇੱਕ ਇੱਕ ਅਲੱਗ ਪਾਰਟ ਬਣਾਉਣਾ ਚਾਹੀਦਾ ਲਾਈਫ 'ਚ। ਜਿਵੇਂ ਅਸੀਂ ਕਾਊਂਟ ਕਰੀਏ, ਔਨ ਫਿੰਗਰਸ ਕਾਊਂਟ ਕਰੀਏ, ਪਹਿਲਾਂ ਇੱਕ ਰੋਜ਼ ਡੇ ਆ ਗਿਆ, ਪ੍ਰਪੋਜ਼ ਡੇ ਆ ਗਿਆ, ਮੈਨੂੰ ਸਾਰੇ ਯਾਦ ਨੇ, ਤੁਸੀਂ ਕਹੋਗੇ ਮੈਂ ਮਨਾ ਕੇ ਆਈ, ਰੋਜ਼ ਡੇ ਆ ਗਿਆ, ਪ੍ਰਪੋਜ਼ ਡੇ ਆ ਗਿਆ, ਉਸ ਤੋਂ ਬਾਅਦ ਚੋਕਲੇਟ ਡੇ, ਮੇਰੇ ਖਿਆਲ ਚੋਕਲੇਟ ਡੇ ਆਉਂਦਾ, ਫਿਰ ਟੈਡੀ ਬੀਅਰ ਡੇ ਆਉਂਦਾ, ਫਿਰ ਹੱਗ ਡੇ ਆ ਗਿਆ, ਕਿਸ ਡੇ ਆ ਗਿਆ, ਵੈਲੇਂਟਾਈਨਸ, ਹਾਂ ਸੱਤ ਹੋ ਗਏ, ਐਂ ਪੂਰੇ 7 ਡੇਜ਼ ਹੈ, ਪੂਰਾ ਹਫ਼ਤਾ ਹੋ ਗਿਆ। ਐਵਰੀ ਡੇ ਯੂ ਵਿਲ ਬਾਏ ਆ ਰੋਜ਼, ਫਸਟ ਡੇ ਤੁਸੀਂ ਰੋਜ਼ ਬਾਏ ਕਰੋਗੇ, ਸੈਕਿੰਡ ਡੇ ਤੁਸੀਂ ਕਾਰਡ ਬਾਏ ਕਰੋਗੇ, ਚੋਕਲੇਟ ਬਾਏ ਕਰੋਗੇ, ਮੈਨੂੰ ਲਾਈਕ ਇਹ ਖਰਚਾ ਹੀ ਆ ਇੱਕ ਤਰੀਕੇ ਨਾਲ ਜੇਕਰ ਸੋਚਿਆ ਜਾਵੇ, ਹੈ ਨਾ। ਇਹਦੇ ਵਿੱਚ ਵੀ ਕੋਈ ਲਿਮਿਟ ਨਹੀਂ ਹੈ, ਤੁਸੀਂ ਜਿਵੇਂ ਕਿਹਾ ਕਿ ਕੋਈ ਕਰਨ ਵਾਲਾ ਬਹੁਤ ਜ਼ਿਆਦਾ ਵੀ ਕਰਦਾ, ਸੋ ਵਾਈ ਟੂ ਵੇਸਟ ਮਨੀ? ਇਸ ਤੋਂ ਚੰਗਾ ਤੁਸੀਂ ਕਿਸੇ ਗਰੀਬ ਦੀ ਮਦਦ ਕਰ ਦਿਓ, ਅਤੇ ਪਿਆਰ ਤੁਸੀਂ ਉੱਦਾਂ ਵੀ ਐਕਸਪ੍ਰੈਸ, ਬੋਲ ਕੇ ਵੀ ਐਕਸਪ੍ਰੈਸ ਕਰ ਸਕਦੇ ਹੋ, ਇਹਨਾਂ ਚੀਜ਼ਾਂ ਦੀ ਸਹਾਰਿਆਂ ਦੀ ਲੋੜ ਨਹੀਂ ਹੈ ਸਾਨੂੰ। ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਇਹ ਚੀਜ਼ਾਂ ਸਿੱਖੀਜ਼ਮ ਨੂੰ ਕਿੱਥੇ ਲੈ ਕੇ ਜਾ ਰਹੀ ਆ, ਇਹ ਟ੍ਰੈਂਡ ਜਿਹੜੇ ਅਡੋਪਟ ਕੀਤੇ ਜਾ ਰਹੇ ਨੇ ਅੱਜ ਕੱਲ੍ਹ? ਹਾਂਜੀ, ਮੈਂ ਇਹ ਮੰਨਣਾ ਹੈ ਕਿ ਸਿੱਖੀਜ਼ਮ 'ਚ ਵੀ ਇਹ ਚੀਜ਼ ਐਂਟਰ ਹੋ ਚੁੱਕੀ ਹੈ, ਅਤੇ ਕਈ ਲੋਕ ਇਸ ਚੀਜ਼ ਨੂੰ ਮੰਨ ਲੈਂਦੇ ਨੇ, ਕਈ ਲੋਕ ਨਹੀਂ ਮੰਨਦੇ, ਅਤੇ ਬਟ ਡਿਪੈਂਡ ਕਰਦਾ ਕਿ ਜੇ ਅਗਰ ਕੋਈ ਕੁਛ ਇੱਦਾਂ ਕਰ ਰਿਹਾ, ਅਤੇ ਉਹੀ ਮੇਨ ਗੱਲ ਸਾਰੀ ਮੁੜ ਕੇ ਉਸ ਚੀਜ਼ 'ਤੇ ਆਉਂਦੀ ਕਿ ਜਿਹੜਾ ਮਨ ਦੇ ਪਿੱਛੇ ਭੱਜ ਰਿਹਾ, ਅਤੇ ਉਹ ਇਹ ਕੰਮ ਕਰੇਗਾ ਚਾਹੇ ਉਹ ਸਿੱਖ ਹੈ, ਕਿਉਂਕਿ ਮਨ ਇੱਕ ਸਿੱਖ ਵਿੱਚ ਵੀ ਹੈਗਾ,
ਇੱਕ ਨੌਨ ਸਿੱਖ ਵਿੱਚ ਵੀ ਹੈਗਾ। ਜਿਹੜਾ ਮਨ ਦੇ ਪਿੱਛੇ ਅੱਜ ਕੱਲ੍ਹ ਮੋਸਟਲੀ ਦੁਨੀਆ ਮਨ ਪਿੱਛੇ ਭੱਜ ਰਹੀ, ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਮਨ ਪਿੱਛੇ ਭੱਜਦਾ, ਬਟ ਕੋਸ਼ਿਸ਼ ਇਹੀ ਹੁੰਦੀ ਤੁਹਾਨੂੰ ਜਿਵੇਂ ਦੱਸਿਆ ਕਿ ਆਪਾਂ ਜਿਹੜਾ ਬਾਣਾ ਪਾਉਂਦੇ ਹਾਂ ਉਹਨੂੰ ਦੇਖ ਕੇ ਫਿਰ ਯਾਦ ਆ ਜਾਂਦਾ ਕਿ ਨਹੀਂ ਮਨ ਪਿੱਛੇ ਨਹੀਂ ਭੱਜਣਾ। ਅਤੇ ਸਿੱਖਾਂ ਨੂੰ ਇਹੀ ਮੈਸੇਜ ਹੈ ਕਿ ਜੇ ਉਹ ਇਹ ਕਰ ਵੀ ਰਹੇ ਨੇ ਠੀਕ ਹੈ ਕਰਨ, ਬਟ ਇੱਕ ਹਰ ਚੀਜ਼ ਦੀ ਲਿਮਿਟੇਸ਼ਨ ਲਿਮਿਟ, ਆਪਣੀ ਗੁਰਮਤ ਜਿਹੜੀ ਰਹਿਤ ਹੈ ਮਰਿਆਦਾ ਹੈ ਉਹਨੂੰ ਯਾਦ ਕਰਕੇ ਤੁਸੀਂ ਰੱਖੋ, ਆਪਣੇ ਨਾਲ ਰੱਖੋ ਹਮੇਸ਼ਾ। ਅਤੇ ਤੁਸੀਂ ਇਹ ਨਾ ਕਰੋ ਕਿ ਤੁਸੀਂ ਨਕਾਰ ਦਿਓ ਇੱਕਦਮ, ਹੈ ਨਾ। ਉਹੀ ਗੱਲ ਵਾਰ ਵਾਰ ਆ ਜਾਂਦੀ ਹੈ, ਇੰਡੀਆ ਵਿੱਚ ਹੋ ਤਾਂ ਤੁਸੀਂ ਤੁਹਾਨੂੰ ਵੈਲਕਮ ਕਰਨਾ ਸਾਰਿਆਂ ਦਾ, ਤੁਸੀਂ ਕਿਸੇ ਨੂੰ ਨਕਾਰ ਨਹੀਂ ਸਕਦੇ। ਕਿਸੇ ਦਾ ਰਿਲੀਜੀਅਨ ਹੈ, ਕਿਸੇ ਦਾ ਟ੍ਰੈਂਡ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਨਹੀਂ ਨਹੀਂ ਤੂੰ ਵੈਲੇਂਟਾਈਨਸ ਡੇ ਮਨਾ ਰਿਹਾ ਜਾਂ ਮਨਾ ਰਹੀ ਹੈ, ਮੈਂ ਨਹੀਂ ਗੱਲ ਕਰਨੀ, ਜਾਂ ਤੁਸੀਂ ਉਹਨੂੰ ਨਿੰਦਣਾ ਸ਼ੁਰੂ ਕਰ ਦਿਓ, ਹੈ ਨਾ। ਉਹ ਚੀਜ਼ ਨਹੀਂ ਸਾਨੂੰ ਕਰਨੀ ਚਾਹੀਦੀ। ਤੁਸੀਂ ਵੈਲਕਮ ਕਰੋ, ਐਪਰੀਸ਼ੀਏਟ ਕਰੋ, ਪਰ ਤੁਸੀਂ ਆਪਣੀ ਗੁਰਮਤ ਮਰਿਆਦਾ ਜਿਹੜੀ ਹੈ, ਰਹਿਤ ਮਰਿਆਦਾ, ਉਹ ਯਾਦ ਰੱਖੋ। ਉਸ ਤਰੀਕੇ ਉਸ ਵਿੱਚ ਰਹਿ ਕੇ ਤੁਸੀਂ ਇੰਜੋਏ ਕਰੋ, ਸੈਲੀਬ੍ਰੇਟ ਕਰੋ, ਉਹ ਵੱਖਰੀ ਗੱਲ ਹੈ। ਸਿੱਖੀਜ਼ਮ 'ਤੇ ਕਿੰਨਾ ਕੁ ਇੰਪੈਕਟ ਇਹਦਾ ਪੈ ਚੁੱਕਿਆ? ਸਿੱਖੀਜ਼ਮ 'ਚ ਇਹਦਾ ਇੰਪੈਕਟ ਜਿੰਨਾ ਕਿ ਮੈਨੂੰ ਪਤਾ ਹੈ ਜਾਂ ਜਿੰਨਾ ਕਿ ਮੈਂ ਲੋਕਾਂ ਨੂੰ ਜਾਣਦਾ, ਇੰਪੈਕਟ ਤਾਂ ਹੈ, ਕਾਫੀ ਜ਼ਿਆਦਾ ਇੰਪੈਕਟ ਹੈ। ਅਤੇ ਇਹਦੇ ਨਾਲ ਇਹ ਹੋ ਰਿਹਾ ਕਿ ਜਿਹੜੇ ਆਪਣੇ ਸਿੱਖ ਭਰਾ ਨੇ ਉਹ ਸਿੱਖੀ ਛੱਡ ਵੀ ਰਹੇ ਨੇ, ਮੈਂ ਇਹ ਵੀ ਦੇਖਿਆ। ਅਤੇ ਇੰਪੈਕਟ ਤਾਂ ਕਾਫੀ ਪੈ ਚੁੱਕਿਆ ਹੈ ਔਰ ਇਹ ਪਏਗਾ ਵੀ ਅੱਗੇ, ਕਿਉਂਕਿ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਜੇ ਆਪਾਂ ਕਿਸੇ ਨੂੰ ਜਾਣਦੇ ਹਾਂ ਤੇ ਅਸੀਂ ਤਾਂ ਵੀ ਇੱਕਦਮ ਅਟੈਕ ਨਹੀਂ ਕਰਨਾ ਉਸ 'ਤੇ ਕਿ ਬਈ ਸਿੱਧਾ ਉਹਨੂੰ ਡਾਂਟਣ ਲੱਗ ਜਾਓ ਕਿ ਬਈ ਨਹੀਂ ਮਨਾਉਣਾ ਨਹੀਂ ਮਨਾਉਣਾ। ਹਾਲਾਂਕਿ ਆਪਾਂ ਆਪਣੇ ਅਗਰ ਆਪਾਂ ਨਹੀਂ ਮਨਾਉਂਦੇ ਤੇ ਆਪਾਂ ਉਹਦੇ ਨਾਲ ਪਹਿਲਾਂ ਰਹੀਏ ਤੇ ਆਪਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ, ਬਟ ਧੀਰੇ ਧੀਰੇ ਕਰਨੀ ਹੈ। ਆਪਾਂ ਇੱਕਦਮ ਉਹ ਅਟੈਕ ਕਰਾਂਗੇ ਤੇ ਇੱਦਾਂ ਹੀ ਹੁੰਦਾ ਮੋਸਟਲੀ ਕੇਸਿਸ 'ਚ, ਮੈਂ ਦੇਖਿਆ ਕਿ ਉਹ ਤੁਹਾਡੇ ਤੋਂ ਦੂਰੀ ਬਣਾ ਲਏਗਾ, ਉਹ ਤੁਹਾਡੇ ਕੋਲ ਹੀ ਨਹੀਂ ਆਏਗਾ, ਫਿਰ ਉਹ ਸਾਰੀ ਚੀਜ਼ ਉੱਥੇ ਹੀ ਖਤਮ ਹੋ ਜਾਏਗੀ, ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਮਤਲਬ ਅਸੀਂ ਇਹ ਚੀਜ਼ ਮੰਨੀਏ ਕਿ ਅਸੀਂ ਸਿਰਫ ਕਪਲਸ ਦਾ ਵੈਲੇਂਟਾਈਨਸ ਡੇ ਨਾ ਮਨਾਈਏ, ਹੈ ਨਾ, ਇਹ ਪੇਰੈਂਟਸ ਨਾਲ ਮਨਾਈਏ, ਫੈਮਿਲੀ ਨਾਲ ਮਨਾਈਏ, ਬ੍ਰਦਰ ਸਿਸਟਰਸ ਨਾਲ ਮਨਾਈਏ, ਬੂਆ ਚਾਚੀ ਤਾਈ ਸਾਰਿਆਂ ਨਾਲ ਮਨਾਈਏ, ਹੈ ਨਾ, ਪਰਿਵਾਰ ਦਾ ਵੈਲੇਂਟਾਈਨਸ ਡੇ ਹੋਵੇ ਅਤੇ ਲਿਮਿਟਸ ਵਿੱਚ ਰਹਿ ਕੇ ਹੋਵੇ, ਕਿ ਫਜ਼ੂਲ ਖਰਚੀ ਵੀ ਨਾ ਹੋਵੇ, ਗਲਤ ਅਸੀਂ ਗਲਤ ਟਰੈਕ 'ਤੇ ਵੀ ਨਾ ਜਾਈਏ। ਜੇਕਰ ਅਸੀਂ ਕਿਸੇ ਅਗਰ ਕੋਈ ਲਵ ਰਿਲੇਸ਼ਨਸ਼ਿਪ ਵਿੱਚ ਵੀ ਹੈਗਾ ਤਾਂ ਉਹ ਲਿਮਿਟਸ ਨਾ ਕ੍ਰੋਸ ਕਰੇ, ਲਿਮਿਟ ਵਿੱਚ ਰਹਿ ਕੇ ਜੋ ਗੁਰਮਤ ਦਾ ਹੈਗੀ ਰਹਿਤ ਉਸਦੇ ਅਕੋਰਡਿੰਗਲੀ ਕਰੇ। ਲਾਸਟ ਵਿੱਚ ਜਾਂਦੇ ਜਾਂਦੇ ਬਸ ਅਸੀਂ ਇਹੀ ਗੱਲ ਕਰਨੀ ਹੈ ਕਿ ਅਸੀਂ ਇਸ ਚੀਜ਼ ਨੂੰ ਰੋਕ ਕਿਵੇਂ ਸਕਦੇ ਹਾਂ। ਇਹ ਚੀਜ਼ ਅਗਰ ਮੈਂ ਕਹਾਂ ਤਾਂ ਇਹ ਚੀਜ਼ ਰੁਕ ਨਹੀਂ ਸਕਦੀ, ਕਿਉਂਕਿ ਜਿਵੇਂ ਦੁਨੀਆ ਵਰਲਡ ਅੱਗੇ ਅੱਗੇ ਮਾਡਰਨਾਈਜ਼ ਹੋ ਰਿਹਾ, ਇਹ ਗੱਲ ਤਾਂ ਹੀ ਰੁਕ ਸਕਦੀ ਹੈ ਕਿ ਜੇ ਆਪਾਂ ਸਿੱਖ ਦਾਇਰੇ ਦੀ ਗੱਲ ਕਰੀਏ, ਜਾਂ ਆਪਾਂ ਸਾਨੂੰ ਵੈਸੇ ਸਾਰੀ ਕਮਿਊਨਿਟੀ ਦੀ ਗੱਲ ਕਰਨੀ ਚਾਹੀਦੀ, ਜਿਹੜਾ ਕਰ ਰਿਹਾ ਉਹਨੂੰ ਕਰਨ ਦੇਣਾ ਚਾਹੀਦਾ ਅਤੇ ਜਿਹਨਾਂ ਤੱਕ ਸਾਡੀ ਪਹੁੰਚ ਹੈ ਉਹਨਾਂ ਨੂੰ ਅਸੀਂ ਸਿੱਧਾ ਅਟੈਕ ਨਾ ਕਰੀਏ। ਜੇ ਸਾਨੂੰ ਪਤਾ ਹੈ ਤਾਂ ਆਪਾਂ ਧੀਰੇ ਧੀਰੇ ਉਹਦੇ ਨਾਲ ਰਹੀਏ, ਅਤੇ ਧੀਰੇ ਧੀਰੇ ਅਗਰ ਉਹ ਅਸੀਂ ਨਹੀਂ ਕਰ ਰਹੇ ਤਾਂ ਸਾਨੂੰ ਦੇਖੇਗਾ ਅਤੇ ਧੀਰੇ ਧੀਰੇ ਸਿੱਖੇਗਾ। ਆਪਾਂ ਇੱਕਦਮ ਤੋਂ ਕਹੀਏ ਕਿ ਕੋਈ ਬੰਦਾ ਚੇਂਜ ਹੋ ਜਾਏ, ਉਹ ਆਪਣੀ ਆਦਤਾਂ ਜਾਂ ਨੇਚਰ ਚੇਂਜ ਕਰਨਾ ਪੋਸੀਬਲ ਹੈ। ਅਤੇ ਅਸੀਂ ਇਹ ਮੁਹਿੰਮ ਚਲਾਈਏ ਅੱਜ ਤੋਂ ਕਿ ਅਸੀਂ ਵੈਲੇਂਟਾਈਨਸ ਡੇ ਫੈਮਿਲੀ ਦੇ ਨਾਲ ਮਨਾਉਣਾ, ਹੈ ਨਾ, ਗਲਤ ਤਰੀਕੇ ਨਾਲ ਨਹੀਂ ਮਨਾਉਣਾ। ਮੈਂ ਸਾਰੇ ਵਿਊਜ਼ ਨੂੰ ਵੀ ਇਹੀ ਰਿਕੁਐਸਟ ਕਰਾਂਗੀ ਕਿ ਇਸ ਵੈਲੇਂਟਾਈਨਸ ਡੇ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜਾ ਟ੍ਰੈਂਡ ਆ ਉਸਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ, ਸਿੱਖੀਜ਼ਮ ਵਿੱਚ ਜੋ ਹੈ ਉਸਦੇ ਅਕੋਰਡਿੰਗਲੀ ਅਸੀਂ ਚੱਲੀਏ, ਨਾ ਕਿ ਅਸੀਂ ਕਿਸੇ ਹੋਰ ਦਾ ਧਰਮ ਇੱਕ ਅਪਣਾਈਏ ਅਤੇ ਉਸ ਟਰੈਕ 'ਤੇ ਚੱਲੀਏ, ਹੈ ਨਾ। ਮੈਂ ਉਮੀਦ ਕਰਦੀ ਹਾਂ ਸਾਰੇ ਵਿਊਅਰਸ ਨੇ ਸਾਡੀ ਅੱਜ ਦੀ ਇਸ ਕੋਸ਼ਿਸ਼ ਨੂੰ ਪਸੰਦ ਕੀਤਾ ਹੋਏਗਾ, ਤੁਸੀਂ ਅੱਗੇ ਵੀ ਸਾਨੂੰ ਇਸੇ ਤਰ੍ਹਾਂ ਮੋਟੀਵੇਟ ਕਰਦੇ ਰਹੋਗੇ ਤਾਂ ਜੋ ਅਸੀਂ ਕੁਝ ਨਵੀਂ ਨਵੀਂ ਤਰੀਕੇ ਨਾਲ ਨਵੀਂ ਨਵੀਂ ਸੋਚ ਤੁਹਾਡੇ ਨਾਲ ਮੈਂ ਰੂਬਰੂ ਕਰਾ ਸਕਾਂ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਹੋਵਾਂਗੀ ਹਾਜ਼ਰ ਲੈ ਕੇ ਦਿੱਲੀ ਐਕਸਪ੍ਰੈਸ। ਤੁਸੀਂ ਵੇਖਦੇ ਰਹੋ ਅਕਾਲ ਚੈਨਲ।
ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਇਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।